समत पर कास श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह साहेब बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार वे शिव तुख सामदी नूरी अरसों कुरसों चटिया उद डिठे सचे पातशाह मर जन्म जन्म दी कटिया उद डिठे सचे पातशाह मर जन्म जन्म दी कटिया सतनाम श्री वाहिगुरु साहिब जी कवित तीनो लोक बरदानी तीनो जाचे महारानी तीनो ताप हानी आद तीनो गुण मंडका तीनो काल मानी तीनो सकत प्रधानी ताव तीनो कृतवानी तीनो गानी बर वंडका तीनो राजतानी बज्र पानी कुकर पान पानी जानी मैं पवानी सुख खानी थाल खंड का नमो नमो बाकबानी ज्योत बिदतानी दास रसना बसानी जैत जैत माद चंड का कवित तीनों लोक बरदानी तीनों जाचे महारानी वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जी नित दे बने हुए निजम अनुसार गुरु नानक दे ग्यारहवें स्वरूप पातशाह दी पावन हजूरी विच बैठ के विद्वान गुरमुखां दी रसना द्वारा भाई हरमिंदर सिंह जी सुहाने वाले जिन्होंने आप जी नूं गुरबाणी दी कथा सुन हर कथा उतारी महल राग द्वेश दी महल उतारन वाली सब ते उत्तम हर की कथा नाम सुनत दर दुख लत सतगुरां दी महान बख्शिश सिखी दा जिसम जिहड़ा है वो इतिहास है सिखी दी आत्मा जिहड़ी है वह गुरबाणी है इस करके दोनों दा समेल है गुरु कृपा करे इतिहास दी कथा दा समय दास दे सामने कुछ भाई संतोख सिंह साहब दी कलम दे चमत्कार महान विद्वान ते उन्हां दे जिहड़े कीते हुए मंगल गिणती विच इन्हां शब्दां दी 88 है गिणती 15 जिहदे विच मंगल हन जिहदे विच उन्हां ने इष्टापति अपनी जनाई है कि इस कवि दा गुरु कौन है हर काबना रचना करन वाला अपने गुरु दा मंगल भेलन करदा है उन्होंने साबित कर दिता जो पहला मंगल आप जी ने सरवण किया है एक अंकारा सतगुरु तेह प्रसाद सच होए वाहिगुरु जी की फतेह विघन विनाशन सोए ये एक ओंकार सतगुरु प्रसाद
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਰਤੇ ਹੋਏ ਜਿਹੜੇ ਮੰਗਲ ਹਨ, ਦੋਨਾਂ ਦਾ ਇੱਕ ਦੋਹਰਾ ਬਣਾ ਕੇ ਕਥਨ ਕਰ ਦਿੱਤਾ, ਉਹ ਕੱਲ੍ਹ ਆਪ ਜੀ ਨੇ ਸਰਵਣ ਕਰ ਲਿਆ। ਇਸ ਤੋਂ ਅੱਗੇ ਸਾਧ ਸਿੰਘ ਜੀ ਧਿਆਨ ਜੋਗ ਦੇਣ ਯੋਗ ਬਾਤ ਹੈ ਅਤੇ ਅਣਜਾਣਪਣੇ ਦੇ ਅੰਦਰ ਭਾਈ ਸੰਤੋਖ ਸਿੰਘ ਸਾਹਿਬ 'ਤੇ ਕਈ ਵਾਰ ਅਗਿਆਨ ਦੇ ਕਾਰਨ ਉਂਗਲੀ ਉੱਠਦੀ ਹੈ, ਬੇਸਮਝੀ ਦੇ ਕਾਰਨ ਉਂਗਲੀ ਉੱਠਦੀ ਹੈ ਅਤੇ ਇਹੋ ਜਿਹੇ ਛੰਦ ਜਿਹੜੇ ਆਪ ਜੀ ਨੇ ਜਿਹਨੇ ਸਰਵਣ ਕੀਤਾ ਹੈ ਅਤੇ ਕੁਛ ਅਣਜਾਣਪਣੇ ਦੇ 'ਚ ਵਿਆਖਿਆਕਾਰ ਸਾਡੇ ਲੋਕਾਂ ਕੋਲੋਂ ਵੀ ਐਸਾ ਹੋ ਜਾਂਦਾ ਜਿਹੜੇ ਕਰਕੇ ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਮੁਖਤ ਦੀ ਉਹਨਾਂ ਦੀ ਅਪਮਾਨ ਵਾਲੀ ਗੱਲ ਬਣਦੀ। ਸਾਨੂੰ ਇਹ ਸੋਧ ਲੈਣੀ ਚਾਹੀਦੀ ਹੈ ਅਤੇ ਇਸ ਦੇ ਸਾਧ ਸਿੰਘ ਜੀ ਜੋ ਅੱਖਰ ਸੰਪਰਦਾਵਾਂ ਦੇ ਅੰਦਰ ਪੜ੍ਹਾਏ ਜਾਂਦੇ ਹੈ ਅਤੇ ਉਹਦੇ ਵਿੱਚ ਬਹੁਤ ਵੱਡਾ ਜਿੱਥੇ ਮਹਾਂਪੁਰਸ਼ਾਂ ਨੇ ਸਤਿਪੁਰਸ਼ਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦੀ ਇਸ ਵਿੱਦਿਆ ਨੂੰ ਸੰਪਰਦਾਵਾਂ ਦੇ ਅੰਦਰ ਸੰਭਾਲ ਕੇ ਰੱਖਿਆ ਹੈ ਅਤੇ ਉੱਥੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਇਸ ਰਚਨਾ ਨੂੰ ਚਾਰ ਚੰਨ ਲਾ ਦਿੱਤੇ ਨੇ, ਭਾਈ ਸੰਤੋਖ ਸਿੰਘ ਸਾਹਿਬ ਦੀ ਰਚਨਾ ਨੂੰ, ਖਾਸ ਕਰਕੇ ਇਸ ਕਵਿਤੇ ਉੱਤੇ ਜੋ ਡਾਕਟਰ ਭਾਈ ਵੀਰ ਸਿੰਘ ਨੇ ਖੋਜ ਕੀਤੀ ਹੈ ਅਤੇ ਉਸ ਖੋਜ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਸਾਬਤ ਕਰ ਦਿੱਤਾ ਕਿ ਜਿਸ ਦਾ ਨਾਮ ਕਵੀ ਜੀ ਨੇ ਇੱਥੇ ਚੰਡਕਾ ਲਿਖਿਆ ਹੈ, ਜਿਸ ਨੂੰ ਇੱਥੇ ਲੋਕ ਸੁਰਸਤੀ ਦਾ ਮੰਗਲ ਕਹਿੰਦੇ ਨੇ, ਇਹ ਕੋਈ ਦੇਵੀ ਨਹੀਂ ਹੈ। ਇਹ ਗੱਲ ਸਾਨੂੰ ਪੂਰੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਅਰੇ ਹੈ ਕਿ ਉਹਨਾਂ ਨੇ ਇਸ ਦੀ ਬਹੁਤ ਵੱਡੀ ਭਾਰੀ ਮਿਸਾਲ ਦਿੱਤੀ ਹੈ ਅਤੇ ਰਿਗਵੇਦ ਤੋਂ ਲੈ ਕੇ ਉਹਨਾਂ ਨੇ ਪ੍ਰਮਾਣ ਦਿੱਤੇ ਹੈ। ਇਹ ਜਿਸ ਨੂੰ ਬਾਅਦ ਦੇ ਵਿੱਚ ਦੇਵੀ ਕਲਪਿਆ ਗਿਆ, ਅਸਲ 'ਚ ਬਾਕਪਤੀ ਪਰਮੇਸ਼ੁਰ ਦੀ ਉਹ ਸ਼ਕਤੀ ਜਿਹੜੀ ਸਾਨੂੰ ਸਭਨਾਂ ਨੂੰ ਬੋਲਣ ਦੀ ਸੱਤਾ ਦੇ ਰਹੀ ਹੈ। ਪਰਮੇਸ਼ੁਰ ਦੀ ਉਹੀ ਸ਼ਕਤੀ ਜਦੋਂ ਮੈਦਾਨੇ ਜੰਗ ਵਿੱਚ ਉਤਰਦੀ ਹੈ, ਹੈ ਪਰਮਾਤਮਾ ਦੀ ਸ਼ਕਤੀ ਤਾਂ ਹਿੰਦੂ ਭਰਾਵਾਂ ਨੇ ਉਹਦੀਆਂ ਭਾਵੇਂ ਮੂਰਤਾਂ ਬਣਾ ਲਈਆਂ, ਉਹਨੂੰ ਇੱਕ ਦੇਵੀ ਬਣਾ ਲਿਆ ਹੈ। ਪਰਮੇਸ਼ੁਰ ਦੀ ਆਪਣੀ ਰਚਨਾ, ਉਹ ਇਸਤਰੀ ਰੂਪ 'ਚ ਵੀ ਪ੍ਰਗਟ ਹੁੰਦਾ ਆਇਆ ਅਤੇ ਮੋਹਣੀ ਅਵਤਾਰ ਜਿਹੜਾ ਉਹ ਇਸਤਰੀ ਰੂਪ ਦਾ ਹੀ ਹੈ ਅਤੇ ਕਿਤੇ ਕਿਤੇ ਨਰਸਿੰਘ ਬੰਦੇ ਅਤੇ ਸ਼ੇਰ ਦੇ ਰੂਪ ਦੇ ਵਿੱਚ ਵੀ ਆਇਆ। ਇਹ ਉਹਦੀ ਆਪਣੀ ਖੇਡ ਹੈ। ਅਨਕ ਰੂਪ ਖਿਨ ਮੈਂ ਕੁਦਰਤ ਧਾਰ ਦਾ, ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ। ਅਤੇ ਜਿਹੜੀ ਵਿਦਵਾਨਾਂ ਨੂੰ ਅਤੇ ਵਿਦਿਆ ਦੀ ਸੱਤਾ ਦੇਣੀ ਹੈ ਉਹਨੂੰ ਕਹਿੰਦੇ ਨੇ ਬਾਕਪਤੀ। ਅਸਲ ਦੇ ਵਿੱਚ ਇਹ ਮੰਨਿਆ ਜਾਂਦਾ ਅਤੇ ਪੂਰਬ ਔਰ ਪੱਛਮ ਦੇ ਇਲਾਕੇ ਦੇ ਵਿੱਚੋਂ ਜਦੋਂ ਆਰੀਆ ਕੌਮ ਸਾਡੇ ਦੇਸ਼ ਵਿੱਚ ਆਈ ਹੈ ਨਾ, ਉਹਨਾਂ 'ਚ ਬੜੇ ਬੜੇ ਵਿਦਵਾਨ ਮੰਨੇ ਆ, ਐਸਾ ਲੇਖ ਮਿਲਦਾ ਅਤੇ ਉਹਨਾਂ ਨੇ ਆ ਕੇ ਇਸ ਮੁਲਕ ਦੇ ਵਿੱਚ ਭਾਰਤ ਦੇ ਵਿੱਚ ਅਤੇ ਇੱਕ ਨਦੀ ਦੇ ਕਿਨਾਰੇ ਉਹਨਾਂ ਨੇ ਵਸੋਂ ਕੀਤੀ ਅਤੇ ਉਸ ਨਦੀ ਦਾ ਨਾਮ ਸੁਰਸਤੀ ਨਦੀ ਹੈ। ਉਹਦੀਆਂ ਲਹਿਰਾਂ ਵੇਖ ਕੇ, ਉਹਦਾ ਚਿੱਟਾ ਰੰਗ ਦੇਖ ਕੇ, ਉਹਦੇ ਵਾਤਾਵਰਨ ਤੋਂ ਪ੍ਰਭਾਵਿਤ ਹੋ ਕੇ ਕਵੀਆਂ ਨੇ ਆਪਣੀ ਛੰਦਾਬੰਦੀ ਦੇ ਅੰਦਰ ਉਸ ਇਕਾਂਤ ਦੇ ਵਾਤਾਵਰਨ ਨੂੰ ਅਤੇ ਉਹਨੂੰ ਆਪਣੀ ਕਲਪਨਾ ਦੇ ਵਿੱਚ ਲੈ ਕੇ ਉਹਦੀ ਉਸਤਤ ਕੀਤੀ ਜਿੱਥੇ ਛੰਦਾਬੰਦੀ ਕੀਤੀ ਉਹਨਾਂ ਨੇ। ਪਰ ਬੜੇ ਅਫਸੋਸ ਦੀ ਬਾਤ ਆ ਵੀ ਬਾਅਦ ਦੇ ਵਿੱਚ ਇੱਕ ਦੇਵੀ ਕਲਪੀ ਗਈ, ਵੀ ਇੱਕ ਦੇਵੀ ਹੈ ਜੈਸਾ ਕਿ ਸਨਾਤਨ ਮਤ ਦਾ ਵਿਸ਼ਵਾਸ ਹੈ। ਪਰ ਇਹਦੇ 'ਚ ਭਾਈ ਸਾਹਿਬ ਜੀ ਨੇ ਆਪਣੀ ਕਾਵਿ ਰਚਨਾ ਦੀ ਕਮਾਲ ਵਿਖਾਉਂਦੇ ਹਾਂ, ਦੋ ਚੀਜ਼ਾਂ ਨੂੰ ਐਸਾ ਗੁੰਨਿਆ ਇੱਕ ਦੂਜੇ ਦੇ ਵਿੱਚ, ਜਿਹੜੀ ਕੋਮਲਤਾ ਹੈ ਅਤੇ ਉਹ ਸਾਧ ਸਿੰਘ ਜੀ ਦੋ ਪ੍ਰਕਾਰ ਦੀ ਇਹਦੇ ਵਿੱਚ ਆਪ ਜੀ ਨੂੰ ਦਿਸੇਗੀ ਅਤੇ ਉਸ ਕੋਮਲਤਾ ਦੇ ਦੋ ਰੂਪ ਜਿਹੜੇ ਨੇ, ਅਤੇ ਇੱਕ ਤਾਂ ਜਿਸ ਤਰ੍ਹਾਂ ਫੁੱਲਾਂ ਦੇ ਵਿੱਚ ਜਿਹੜੀ ਸੁੰਦਰਤਾ ਔਰ ਕੋਮਲਤਾ ਹੈ, ਇਹ ਸ਼ਾਂਤ ਕੋਮਲਤਾ ਇਹਨੂੰ ਕਿਹਾ ਜਾਂਦਾ ਜਿਹੜੀ ਫੁੱਲਾਂ ਦੇ ਵਿੱਚ ਅਸੀਂ ਦੇਖਦੇ ਹਾਂ, ਚੰਦਰਮਾ ਦੀ ਚਾਨਣੀ ਵਿੱਚ ਵੇਖਦੇ ਹਾਂ। ਇਹ ਸੁੰਦਰ ਕੋਮਲਤਾ ਹੈ, ਸ਼ਾਂਤ ਕੋਮਲਤਾ ਹੈ ਅਤੇ ਇੱਕ ਤੀਕਸ਼ਣ ਕੋਮਲਤਾ ਵੀ ਹੈ। ਤੀਕਸ਼ਣ ਕੋਮਲਤਾ ਜਿਹੜੀ ਬੱਦਲਾਂ 'ਚੋਂ ਬਿਜਲੀ ਨਿਕਲਦੀ ਹੈ, ਤੀਕਸ਼ਣਪਣ ਉਹਦੇ ਵਿੱਚ ਹੈ ਅਤੇ ਇੱਧਰ ਸੁੰਦਰ ਕੋਮਲਤਾ ਦੇ ਵਿੱਚ ਕੋਇਲ ਬੋਲਦੀ ਹੈ, ਮਨ ਨੂੰ ਮੋਹਦੀ ਹੈ ਅਤੇ ਜਿਸ ਵੇਲੇ ਵੀਰ ਯੋਧਾ ਕੋਈ ਸ਼ਸਤਰ ਲਾ ਕੇ ਸਾਹਮਣੇ ਆਉਂਦਾ, ਕ੍ਰੋਧ ਵਿੱਚ ਨਹੀਂ ਵੀਰ ਰਸ ਵਿੱਚ ਹਸੂ ਹਸੂ ਕਰਦਾ, ਚੱਲਿਆ ਮੈਦਾਨੇ ਜੰਗ ਨੂੰ ਹੈ। ਸੂਰੇ ਰਣ ਦੇਖ ਸੂਰੇ ਚਿੱਤ ਉਲਾਸ, ਵੀਰ ਰਸ ਅਤੇ ਕ੍ਰੋਧ ਦਾ ਬੜਾ ਫਰਕ ਹੈ ਅਤੇ ਉਹਦੇ ਵਿੱਚ ਤੀਕਸ਼ਣਪਣਾ ਤਾਂ ਹੈ ਉਸ ਸੁੰਦਰਤਾ ਵਿੱਚ, ਅਤੇ ਪਰ ਹੈ ਸੁੰਦਰਤਾ ਉਹ ਵੀ
ਅਸਲ ਦੇ ਵਿੱਚ ਕਵੀ ਜੀ ਨੇ ਜੋ ਮੁਕੰਮਲ ਇਨਸਾਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਣਾਇਆ ਉਹਦੇ ਵਿੱਚ ਦੋਨੇ ਸੁੰਦਰਤਾ ਭਰੀਆਂ ਹੋਈਆਂ, ਕੋਮਲ ਸੁੰਦਰਤਾ ਔਰ ਤੀਕਸ਼ਣ ਸੁੰਦਰਤਾ। ਖਾਲਸੇ 'ਚ ਵੀਰ ਰਸ ਵੀ ਹੈ, ਸ਼ਾਂਤ ਰਸ ਵੀ ਹੈ। ਇਸ ਕਵਿਤਾ ਦੇ ਵਿੱਚ ਦੋਨੇ ਗੁਣ ਕੇ ਆਪ ਜੀ ਨੇ ਇੱਕ ਨਵਾਂ ਹੀ ਪਦਾਰਥ ਤਿਆਰ ਕਰਕੇ ਦੇ ਦਿੱਤਾ ਹੈ। ਆਓ, ਇਹਦੇ ਅਰਥ ਬੜੇ ਨੇ। ਮੈਂ ਭਾਈ ਸਾਹਿਬ ਨੂੰ ਪਹਿਲਾਂ ਹੀ ਬੇਨਤੀ ਕਰਕੇ ਹਟਿਆ ਵੀ ਅਰਥ ਨੇ ਇਸ ਕਵਿਤਾ ਦੇ ਤਿੰਨ, ਸਮਾਂ ਆਪਣੇ ਕੋਲ ਸੀਮਿਤ। ਵੀ ਕਾਹਲੀ ਦਾ ਕੰਮ ਦੁਨੀਆ ਦੇ ਵਿੱਚ ਦਾਨੇ ਕਹਿੰਦੇ ਨੇ ਵੀ ਕਾਹਲੀ ਪੂਰੇ ਟੋਏ ਹੁੰਦੇ ਆ, ਵੀ ਥੋੜ੍ਹਾ ਜਿਹਾ ਹੈ ਤਾਂ ਇਸ ਕਿਸਮ ਦਾ ਹੀ ਪਹਿਲ। ਪਰ ਮੇਰੀ ਵਿਚਾਰ ਹੈ ਵੀ ਇਸ ਕਵਿਤਾ ਦੇ ਜੇ ਅਜੀਤ ਨੇ ਅਰਥ ਹੋ ਜਾਣ ਤਾਂ ਕਿ ਸਹਿਜ ਇਸ ਅੱਗੇ ਵੱਧ ਜਾਈਏ। ਸੋ ਆਓ, ਇਹਦੇ ਸ਼ੁਰੂ ਦੇ ਵਿੱਚ ਮੈਂ ਇੱਕ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਸੌਖੇ ਦੀ ਮਿਸਾਲ ਦੇ ਨਾਲ। ਕਹਿੰਦੇ ਇੱਕ ਜਗ੍ਹਾ ਤਿੰਨ ਵਿਅਕਤੀ ਬੈਠੇ ਸਨ, ਇੱਕ ਮਹਾਤਮਾ ਔਰ ਇੱਕ ਪਹਿਲਵਾਨ ਅਤੇ ਇੱਕ ਸੀ ਲੂਣ ਤੇਲ ਵੇਚਣ ਵਾਲਾ ਵਪਾਰੀ। ਅਤੇ ਕਹਿੰਦੇ ਤਿੱਤਰ ਬੋਲਿਆ, ਜਦੋਂ ਤਿੱਤਰ ਬੋਲਾ ਤਾਂ ਉਸ ਵੇਲੇ ਕਹਿੰਦੇ ਪਹਿਲਵਾਨ ਨੂੰ ਪੁੱਛਿਆ ਕਿਸੇ ਦਾਨੇ ਨੇ, ਕਹਿੰਦੇ ਪਹਿਲਵਾਨ ਜੀ ਤਿੱਤਰ ਕੀ ਕਹਿੰਦਾ? ਕਹਿੰਦਾ ਤਿੱਤਰ ਕਹਿੰਦਾ ਵੀ ਖਾ ਕੇ ਉਹ ਕਰ ਕਸਰਤ, ਖਾ ਕੇ ਉਹ ਕਰ ਕਸਰਤ। ਉਹਨੇ ਉਹਦੇ ਵਿੱਚੋਂ ਪਹਿਲਵਾਨ ਨੇ ਆਪਣੇ ਕਰਤਵ ਦਾ ਅਰਥ ਕੱਢ ਲਿਆ। ਅਤੇ ਫਿਰ ਪੁੱਛਿਆ ਵਪਾਰੀ ਨੂੰ, ਬਈ ਕੀ ਕਹਿੰਦਾ ਇਹ? ਕਹਿੰਦਾ ਵੀ ਇਹ ਮੈਨੂੰ ਕਹਿ ਰਿਹਾ ਵੀ ਲੂਣ ਤੇਲ ਅਦਰਕ ਵੀ ਇਹ ਵੇਚਿਆ ਕਰ, ਉਹਦੇ ਕੋਲ ਤਿੰਨੇ ਚੀਜ਼ਾਂ ਸੀ ਇਹ। ਉਹਨੇ ਆਪਣਾ ਇਹ ਅਰਥ ਕੱਢ ਲਿਆ। ਮਹਾਤਮਾ ਨੂੰ ਪੁੱਛਿਆ ਕਿ ਤੁਸੀਂ ਦੱਸੋ ਸੰਤ ਜੀ। ਉਹ ਕਹਿੰਦੇ ਭਾਈ ਅਸਲ ਦੇ ਵਿੱਚ ਇਹਨਾਂ ਦੀ ਆਪਣੀ ਸਮਝ ਦੇ ਅਨੁਸਾਰ ਇਹਨਾਂ ਨੇ ਅਰਥ ਕਰ ਲਏ, ਤਿੱਤਰ ਇਉਂ ਨਹੀਂ ਕਹਿ ਰਿਹਾ। ਤਿੱਤਰ ਕਹਿੰਦਾ ਸੁਬਹਾਨ ਤੇਰੀ ਕੁਦਰਤ, ਸੁਬਹਾਨ ਤੇਰੀ ਕੁਦਰਤ, ਉਹ ਰੱਬ ਦੇ ਨਾਲ ਜੁੜਿਆ ਸੀ। ਹੁਣ ਇੱਥੇ ਤਿੰਨੇ ਵਿਦਵਾਨ ਵੱਖਰੇ ਵੱਖਰੇ ਇਸ ਕਵਿਤਾ ਦਾ ਅਰਥ ਕਰਦੇ। ਇੱਕ ਤਾਂ ਲੂਣ ਤੇਲ ਵਾਲਾ ਜੁੜਿਆ ਹੋਇਆ, ਲੂਣ ਤੇਲ ਵਾਲਿਆਂ ਨੇ ਤਾਂ ਸਿੱਧੇ ਹੀ ਕਹਿ ਦੇਣਾ ਵੀ ਭਾਈ ਸਾਹਿਬ ਨੇ ਜੀ ਇਹ ਸਰੁਸਤੀ ਦਾ ਮੰਗਲ ਕੀਤਾ ਸੀ, ਸਰੁਸਤੀ ਦੇਵੀ ਦਾ ਉਪਾਸਕ ਹੈ ਭਾਈ ਸੰਤੋਖ ਸਿੰਘ। ਇਹ ਤਾਂ ਅਰਥ ਕੱਢ ਲਿਆ ਲੂਣ ਤੇਲ ਵਾਲਿਆਂ ਨੇ। ਚਲੋ ਆਪਾਂ ਲੂਣ ਤੇਲ ਵਾਲਿਆਂ ਵੀ ਪਹਿਲਾਂ ਕਰ ਲੈਂਦੇ ਹਾਂ ਅਤੇ ਉਹਨਾਂ ਦਾ ਵੀ ਘਰ ਪੂਰਾ ਹੋ ਜਾਵੇ। ਨਾਲੇ ਕਈ ਵਾਰ ਕਈਆਂ ਨੂੰ ਮਸਾਲਾ ਵੀ ਚਾਹੀਦਾ ਹੁੰਦਾ ਨਾ, ਸਾਰੇ ਪੱਖਾਂ ਦੇ ਹੀ ਰੱਖਣਾ ਚਾਹੀਦਾ। ਵੀ ਭਾਈ ਸੰਤੋਖ ਸਿੰਘ ਨੇ ਐਂ ਲਿਖਿਆ ਜੀ, ਸੰਪਰਦਾ ਵਾਲੇ ਉਹਨਾਂ ਦਾ ਆਭਾਰ ਦੇ ਹੈ। ਪਰ ਦੇਖੋ ਇਹ ਦ੍ਰਿਸ਼ਟਾਂਤ ਹੈ ਜਿਹੜਾ ਮੈਂ ਕਹਿਣ ਲੱਗਿਆ। ਦਿਲੀ 'ਤੇ ਦੀਵਾ ਰੱਖ ਦਈਏ, ਚਾਨਣਾ ਬਾਹਰ ਵੀ ਅਤੇ ਅੰਦਰ ਵੀ ਹੋਏਗਾ। ਅਤੇ ਇਹਦੇ ਵਿੱਚ ਕਵੀ ਸੰਕੇਤ ਮਰਿਆਦਾ, ਜਿਹਨੂੰ ਇਹੀ ਨਹੀਂ ਪਤਾ ਵੀ ਕਵੀਆਂ ਦਾ ਇੱਕ ਸੰਕੇਤ ਹੈ। ਸੰਕੇਤ ਦਾ ਅਰਥ ਹੁੰਦਾ ਇਸ਼ਾਰਾ, ਸੰਕੇਤ ਦਾ ਅਰਥ ਹੁੰਦਾ ਹੈ ਕਿ ਜਿਸ ਇੱਕ ਮਰਿਆਦਾ ਬਣੀ ਹੋਈ ਹੈ ਕਿ ਹਰ ਕਵੀ ਵੀ ਬਾਗਪਤੀ ਦੀ ਇੱਕ ਉਸਤਤ ਦਾ ਜ਼ਰੂਰ ਛੰਦ ਬਣਾਵੇ। ਸਭ ਤੋਂ ਪਹਿਲਾਂ ਸਾਧ ਸਿੰਘ ਜੀ ਇਹ ਯੂਨਾਨ ਦੇ ਅੰਦਰ, ਗ੍ਰੀਸ ਦੇ ਵਿੱਚ ਇੱਥੇ ਕੁਝ ਵਿਦਵਾਨ ਲੋਕ ਸਨ, ਉਹਨਾਂ ਨੇ ਆਪਣੇ ਰਚਨ ਤੋਂ ਹੁਣ ਤੱਕ ਮਿਲਦੀ ਹੈ। ਫਿਰ ਯੂਨਾਨ ਤੋਂ ਚੱਲ ਕੇ ਇਹ ਇਟਲੀ ਦੇ ਵਿੱਚ, ਯੂਰਪ 'ਚ ਸਾਰੇ ਫੈਲਿਆ, ਰੋਮ ਦੇ ਵਿੱਚ ਆਇਆ, ਉਹਨਾਂ ਦੀਆਂ ਲਿਖਤਾਂ ਪਈਆਂ ਜਿਹੜੀ ਡਾਕਟਰ ਭਾਈ ਵੀਰ ਸਿੰਘ ਨੇ ਹਵਾਲੇ ਦਿੱਤੇ, ਰਿਗਵੇਦ ਤੱਕ ਵੀ ਇਹ ਕੋਈ ਦੇਵੀ ਨਹੀਂ ਹੈ ਜਿਹੜੀ ਕਵਿਤਾ ਨੂੰ ਸੱਤਾ ਦੇਣ ਵਾਲੀ ਹੈ, ਪਰਮਾਤਮਾ ਦੀ ਸ਼ਕਤੀ ਵਾਹਿਗੁਰੂ ਦੀ ਅਸਲ ਦੇ ਵਿੱਚ ਉਹਦਾ ਮੰਗਲ ਹੈ। ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ। ਸ੍ਰੀ ਵਾਹਿਗੁਰੂ ਜੀ ਕਵਿਤਾ ਤਿੰਨੋਂ ਲੋਕ ਬਰਦਾਨੀ। ਤੇ ਭਾਈ ਸਾਹਿਬ ਜੀ ਲਿਖਦੇ ਹੈ ਕਿ ਮੈਂ ਏਡਾ ਵੱਡਾ ਇਤਿਹਾਸ ਲਿਖਣ ਲੱਗਿਆ, ਮੈਂ ਆਪਣੇ ਗੁਰੂ ਦਾ ਮੰਗਲ ਕਰਨ ਤੋਂ ਬਾਅਦ, ਹੇ ਮੇਰੇ ਕਰਤੇ ਪੁਰਖ, ਤੇਰੀ ਜਿਹੜੀ ਸ਼ਕਤੀ ਅਨੰਤ ਰੂਪ ਹੋ ਕਰਕੇ ਵਰਤ ਰਹੀ ਹੈ, ਵਿਦਵਾਨਾਂ ਨੂੰ ਸੋਹਣੀ ਕਵਿਤਾ ਦਿੰਦੀ ਹੈ, ਅਤੇ ਇਸ ਕਰਕੇ ਮੈਂ ਭਾਵੇਂ ਵਿਦਵਾਨ ਹੀ ਨਿਮਰਤਾ 'ਚ ਕਹਿ ਰਹੇ ਨੇ, ਪਰ ਆਪ ਕਿਰਪਾ ਕਰੋ, ਤੁਸੀਂ ਤਿੰਨਾਂ ਲੋਕਾਂ ਨੂੰ ਉਹ ਜਿਹੜੀ ਸ਼ਕਤੀ ਹੈ, ਤਿੰਨੋਂ ਲੋਕ ਬਰਦਾਨੀ, ਤਿੰਨਾਂ ਲੋਕਾਂ ਨੂੰ ਬਰਾਂ ਦੀ ਦਾਤੀ ਹੈ, ਅਤੇ ਤੇਰੀ ਸ਼ਕਤੀ ਜਿਹੜੀ ਹੈ ਤਿੰਨਾਂ ਲੋਕਾਂ ਦੇ ਅੰਦਰ, ਖਾਸ ਕਰਕੇ ਵਿਦਵਾਨਾਂ ਨੂੰ, ਜਿਹੜਾ ਤਿੰਨ ਪ੍ਰਕਾਰ ਦੇ ਵਿਦਵਾਨਾਂ ਨੂੰ ਅੱਗੇ ਚੱਲ ਕੇ ਦੱਸ ਦੇਣਗੇ। ਤਿੰਨੋਂ ਲੋਕ ਬਰਦਾਨੀ, ਤਿੰਨੇ ਲੋਕ ਕਿਹੜੇ ਨੇ? ਜਿਹਦੇ ਵਿੱਚ ਮਾਤ ਲੋਕ ਦੇ ਵਿੱਚ ਅਸੀਂ ਬੈਠੇ ਹਾਂ, ਪਤਾਲ ਲੋਕ ਦੇ ਅੰਦਰ, ਸਵਰਗ ਲੋਕ ਦੇ ਅੰਦਰ ਤਿੰਨ ਦੀ ਕਲਪਨਾ ਕੀਤੀ ਗਈ ਹੈ। ਇਹ ਸਾਰਿਆਂ ਨੂੰ ਆਪ ਜੀ ਵਰ ਦੇਣ ਵਾਲੇ ਹੋ। ਇਹ ਤਿੰਨਾਂ ਦੇ ਵਿੱਚੋਂ ਕੋਈ ਵੀ ਕਵਿਤਾ ਰਚਣੀ ਚਾਹੇ, ਤੁਹਾਡੀ ਸ਼ਰਨ ਵਿੱਚ ਆਵੇ ਇਹ ਨਿਰੰਕਾਰ। ਤੁਸੀਂ ਆਪਣੇ ਵਾਕਾਂ ਦੀ ਸ਼ਕਤੀ ਜਿੱਥੇ ਬੋਲਣ ਦੀ, ਸੁਣਨ ਦੀ ਸਭ ਨੂੰ ਦਿੱਤੀ ਹੈ, ਉੱਥੇ ਸੋਹਣੀ ਕਾਵਿ ਰਚਨਾ ਦੀ ਵੀ ਦੇ ਦਿੰਦੇ ਹੋ। ਤੈਨੂੰ ਜਾਚੇ ਮਹਾਰਾਣੀ, ਤੇ ਤੈਨੂੰ ਮਹਾਂ ਕੀ ਇਹ ਵੱਡੀ ਜਾਣ ਕਰਕੇ ਵੀ ਤੂੰ ਸਾਰਿਆਂ ਦੀ ਰਾਣੀ ਰੂਪ ਹੈ, ਪਰਮਾਤਮਾ ਦੀ ਸ਼ਕਤੀ ਵਾਕ ਬਾਣੀ। ਤਿੰਨੋਂ ਜਾਚ ਹੈ ਤੇਰੇ ਕੋਲੋਂ, ਤਿੰਨੇ ਜਾਚ ਦੇਣ, ਭਾਵੇਂ ਬ੍ਰਹਮਾ ਭਾਵੇਂ ਵਿਸ਼ਨੂੰ ਹੈ ਭਾਵੇਂ ਸ਼ਿਵ ਜੀ, ਤੇਰੇ ਦਰ ਦੇ ਤਾਂ ਜਾਚਕਨ ਤਿੰਨੇ ਵੀ ਤੇਰੇ ਕੋਲੋਂ ਜਾਚਨਾ ਕਰਦੇ ਹਨ, ਮੰਗਦੇ ਹਨ। ਤਿੰਨੋਂ ਤਾਪ ਹਾਨੀ, ਤਿੰਨ ਤਾਪ, ਅਧਿਆਤਮ, ਅਧਿਭੌਤਕ ਤੇ ਅਧਿਦੈਵ।
ਇਹ ਤਿੰਨ ਪ੍ਰਕਾਰ ਦੇ ਸਾਧ ਸਿੰਘ ਜੀ ਤਾਪਾਂ ਦੀ ਗੱਲ ਗੁਰਬਾਣੀ 'ਚ ਵੀ ਆਉਂਦੀ ਹੈ। ਮਾਨਸਿਕ ਜਿਹੜੀ ਪੀੜਾ ਹੈ, ਮਨ ਦਾ ਜਿਹੜਾ ਤਾਪ ਹੈ, ਦੁੱਖ ਹੈ, ਅਤੇ ਜਿਹੜਾ ਇਹਦੇ ਆਸਰੇ ਹੋਵੇ, ਇਹਨੂੰ ਸਾਧ ਸਿੰਘ ਜੀ ਅਧਿਆਤਮ ਤਾਪ ਕਹਿੰਦੇ ਨੇ। ਆਹ ਨਾਮ ਆਸਰੇ ਦਾ ਹੈ। ਅਤੇ ਇਹਦੇ ਆਸਰੇ, ਮਨ ਦੇ ਆਸਰੇ ਤਾਪ, ਜਿਹੜੀ ਕਲਪਨਾ ਕਰਕੇ ਜਿਹੜਾ ਕਹਿੰਦੇ ਜੀ ਫਲਾਨਾ ਡਿਪਰੈਸ਼ਨ ਦੇ ਵਿੱਚ ਲਿਆ ਗਿਆ, ਉਹ ਮਨ ਦੀ ਕਲਪਨਾ ਦਾ ਹੀ ਤਾਪ ਹੈ। ਅਤੇ ਦੂਸਰਾ ਤਾਪ ਹੈ ਸਾਧ ਸਿੰਘ ਜੀ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਣੀ। ਅਤੇ ਤੀਸਰਾ ਤਾਪ ਹੈ ਜਿਹੜਾ ਸਾਧ ਸਿੰਘ ਜੀ ਉੱਪਰੋਂ ਆ ਪੈਣਾ, ਜਿਵੇਂ ਪ੍ਰੇਤ ਪੀੜਾ ਹੈ ਜਾਂ ਡਾਂਗ ਸੋਟਾ ਹੈ ਜਾਂ ਕੋਈ ਬਾਹਰੋਂ ਕਿਸੇ ਤਰ੍ਹਾਂ ਦੀ ਦੈਵ ਕਰੂਪੀ ਆਦਿ। ਅਤੇ ਇੱਧਰ ਤਿੰਨੇ ਤਾਪ ਜਿਹੜੇ ਨੇ ਉਹ ਵਿਦਵਾਨਾਂ ਨੂੰ ਵੀ ਚੜ੍ਹਦੇ ਹੈ। ਕਵੀ ਜੀ ਕਹਿੰਦੇ ਨੇ ਮੈਂ ਹੁਣ ਵਿਦਿਆ ਰਚਣ ਲੱਗਿਆ, ਮੈਨੂੰ ਤਿੰਨਾਂ ਤਾਪਾਂ ਤੋਂ ਬਚਾ ਲਿਓ। ਅਤੇ ਵਿਦਵਾਨਾਂ ਨੂੰ ਤਿੰਨ ਤਾਪ ਕਿਹੜੇ ਚੜ੍ਹਦੇ ਹੈ? ਇੱਕ ਤਾਂ ਸਾਧ ਸਿੰਘ ਜੀ ਜਦੋਂ ਰਚਨਾ ਕਰਦੇ ਹੈ ਉਹਨਾਂ ਨੂੰ ਅਭਾਨਤਾ ਦਾ ਤਾਪ ਚੜ੍ਹ ਜਾਂਦਾ ਵੀ ਮੇਰੀ ਵਰਗੀ ਕਵਿਤਾ ਹੋਰ ਕਿਸੇ ਨੇ ਨਹੀਂ ਬਣਾਈ, ਮੈਨੂੰ ਇਹ ਨਾ ਚੜ੍ਹੇ ਦਾਤਾ, ਮੈਂ ਤੇਰੀ ਸ਼ਰਨ ਵਿੱਚ ਆਇਆ। ਦੂਸਰਾ ਕਿਸੇ ਦੀ ਬਣਾਈ ਹੋਈ ਜਿਹੜੀ ਕਵਿਤਾ ਹੈ ਅਤੇ ਉਹਦੇ 'ਤੇ ਈਰਖਾ ਕਰਨੀ, ਲੈ ਇਹਨੇ ਕੀ ਲਿਖਿਆ, ਮੈਂ ਇਹਦੇ ਨਾਲ ਵਧੀਆ ਕਰ ਸਕਦਾ। ਅਤੇ ਇਸ ਤਰ੍ਹਾਂ ਦੇ ਸਾਧ ਸਿੰਘ ਜੀ ਉਹਦੇ ਨਾਲ ਈਰਖਾ ਕਰਨੀ। ਅਤੇ ਤੀਸਰਾ ਤਾਪ ਹੈ ਕਿ ਆਪਣੀ ਕਵਿਤਾ ਦੀ ਕਿਤੇ ਅਪਮਾਨ ਹੋ ਗਿਆ ਤਾਂ ਫਿਰ ਬਹੁਤ ਨਿਮੋਸੀ ਹੋ ਜਾਣੀ ਵੀ ਇਹ ਐਸਾ ਕੀ ਹੋ ਗਿਆ। ਆਪ ਜੀ ਦੇ ਖਿਆਲ ਹੋਊਗਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰ 'ਤੇ ਚੰਦਨ ਕਵੀ ਆਇਆ ਸੀ ਨਾ, ਅਤੇ ਉਹਨੇ ਆ ਕੇ ਕਿਹਾ ਸੀ ਵੀ ਮਹਾਰਾਜ ਸਾਹਿਬ ਨੇ ਕਿਹਾ ਰਚਨਾ ਕਰ, ਕਹਿੰਦਾ ਜੀ ਮੇਰੀ ਤਾਂ ਰਚਨਾ ਵਿਦਵਾਨਾਂ ਦੇ ਸੁਣਨ ਵਾਲੀ ਹੈ, ਹੰਕਾਰ ਕੀਤਾ ਸੀ ਉਹਨੇ। ਅਤੇ ਮਹਾਰਾਜ ਕਹਿੰਦੇ ਤੂੰ ਰਚਦਾ ਸੀ? ਉਹਨੇ ਇੱਕ ਸਾਧ ਸਿੰਘ ਕਵਿਤ ਰਚਿਆ ਸੀ ਅਤੇ ਉਸ ਦੇ ਵਿੱਚ 16-16 ਦਾ ਹੀ ਸਾਰਾ ਭਾਵ ਹੈ, ਉਹ ਹੁਣ ਖੋਲ੍ਹਣ ਦਾ ਸਮਾਂ ਨਹੀਂ ਹੈ। ਅਤੇ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪਿਆਏ, ਇਸ ਤਰ੍ਹਾਂ ਦੀ ਉਹਦੀ ਤੁਕਮੰਦੀ ਕੀਤੀ ਹੋਈ। ਮਹਾਰਾਜ ਹੱਸ ਕੇ ਕਹਿੰਦੇ ਆਹ ਕਿਹੜੀ ਕਵਿਤਾ ਹੈ, ਇਹ ਤਾਂ ਸਾਡੇ ਘੋੜਿਆਂ ਦੀ ਲੇ 'ਤੇ ਚੱਕਣ ਵਾਲੇ ਵੀ ਬਣਾ ਲੈਣਗੇ ਇਹੋ ਜਿਹੇ ਟੁੱਟ ਕੇ ਆਦਿ, ਕੋਈ ਇਹਦੇ 'ਚ ਗਿਆਨ ਦੀ ਹੈਗੀ ਤੇਰੀ ਗੱਲ? ਕਹਿੰਦੇ ਜੀ ਤੁਸੀਂ ਕਹਿੰਦੇ ਘੋੜਿਆਂ ਦੀ ਲੇ 'ਤੇ ਚੱਕਣਾ, ਲਿਆਓ ਘੋੜਿਆਂ ਦੀ ਲੇ 'ਤੇ ਚੱਕਣ ਵਾਲੇ ਲਿਆਓ, ਇਹਦੇ ਅਰਥ ਕਰਕੇ ਦਿਖਾਵੇ। ਤਨਾਸੁ ਨੂੰ ਬੁਲਾ ਲਿਆ ਮਹਾਰਾਜ ਨੇ, ਘੋੜਿਆਂ ਦੀ ਲਿਦ ਹਟਾ ਰਿਹਾ ਸੀ, ਕਹਿੰਦੇ ਤਨਾਸਿਆਂ ਤੇਰਾ ਮੁਕਾਬਲਾ ਇਹਦੇ ਨਾਲ ਕਰਾਉਣਾ। ਕਹਿੰਦਾ ਮਹਾਰਾਜ ਮੇਰਾ ਥੋੜ੍ਹੀ ਆ ਮੁਕਾਬਲਾ, ਮੁਕਾਬਲਾ ਤਾਂ ਹੈ ਪਰ ਮੇਰਾ ਨਹੀਂ। ਕਹਿੰਦੇ ਕਿਹਦਾ? ਮਹਾਰਾਜ ਕਹਿੰਦੇ ਤਨਾਸੁ ਕਹਿੰਦਾ ਤੁਹਾਡਾ, ਮੇਰੇ ਵਿੱਚ ਦੀ ਹੋ ਕੇ ਕਰ ਲਓ ਚਾਹੇ ਸਿੱਧੇ ਹੀ ਕਰ ਲਓ, ਮੈਂ ਸਰੀਰ ਅਪਣ ਕਰ ਦਿੱਤਾ। ਕਹਿੰਦੇ ਮਹਾਰਾਜ ਜੀ ਖੁਸ਼ ਹੋ ਗਏ, ਕਹਿੰਦੇ ਚੰਗਾ ਫਿਰ ਇਹਦੇ ਅਰਥ ਕਰਦੇ ਅਰਥ ਕਰਦੇ। ਕਹਿੰਦਾ ਮਹਾਰਾਜ ਨੂੰ ਪੁੱਛੋ ਵੀ ਇਹ ਪਹਿਲਾਂ ਸਭਾ 'ਚ ਅਰਥ ਕਰਨੇ ਹੈਗੇ? ਇੱਕ ਪਤੀ ਆ ਪਤਨੀ ਦੀ ਗੱਲ ਹੈ, ਉਹ ਬੜੀ ਦੇਰ ਪਿੱਛੇ ਤੋਂ ਆਉਂਦਾ ਅਤੇ 16 ਦਾ ਖੇਡ ਰਚਿਆ ਗਿਆ, ਉਹਨੇ 16 ਸ਼ਿੰਗਾਰ ਕੀਤੇ, ਉਹਦਾ 16 ਵਰ ਦਾ ਪਤੀ ਆ, ਇਹ ਗੱਲਾਂ ਕਰਨ ਵਾਲੀਆਂ ਥੋੜ੍ਹੀ ਹਜ਼ੂਰੀ ਵਿੱਚ? ਮੈਨੂੰ ਤਾਂ ਲੱਗਦਾ ਨਹੀਂ ਇਹ ਵਿਦਵਾਨ ਹੈ। ਉਹ ਢਿੱਲਾ ਜਿਹਾ ਹੋ ਗਿਆ। ਕਹਿੰਦੇ ਹੁਣ ਕਹਿੰਦੇ ਸਾਡਾ ਕਵੀ ਫਿਰ ਰਚੇ, ਤੂੰ ਅਰਥ ਕਰੇਗਾ? ਕਹਿੰਦੇ ਜੀ ਕਰੋ। ਅਤੇ ਉਹਨੇ ਸਾਧ ਸਿੰਘ ਜੀ ਅਰਥ ਐਸਾ ਗੋਝ ਭੇਦ ਰੱਖੇ, ਕਹਿੰਦੇ ਲੈ ਹੁਣ ਗੱਲ ਸੁਣ ਲੈ ਪੰਡਿਤ ਜੀ, ਬਿਨਾਂ ਵਿਚਾਰ ਕਰੇ ਅਰਥ ਨਹੀਂ ਕਰ ਸਕੇਗਾ, ਹੁਣ ਤੂੰ ਧੰਨਾ ਸੁਣਦੇ। ਮੀਨ ਪਰਸੇ ਮੀਨ ਮਰੇ ਜਲ ਕੇ ਪਰਸੇ, ਨਾ ਪਰੇ ਪਾਵਕ ਪਾਏ, ਇਹ ਰਚ ਦਿੱਤੀ ਸਾਰੀ, ਇਹ ਵੀ ਬਸ ਵੀ ਆਪਾਂ ਲੈਣਾ। ਉਹਨੇ ਕਿਹਾ ਵੀ ਪਾਣੀ ਦੇ ਸਪਰਸ਼ ਕਰਕੇ ਮੱਛੀ ਕਿਵੇਂ ਮਿੱਛੇ ਕਿਵੇਂ ਮਰ ਜੂਗੀ, ਅੱਜ ਅੱਗ ਦੇ ਵਿੱਚ ਕਿਵੇਂ? ਉਹਦੇ 'ਚ ਖੇਡ ਸਿਰਫ ਇੱਕ ਵਿਸਰਾਮ ਦੀ। ਤੋ ਇਸ ਕਰਕੇ ਸਾਧ ਸਿੰਘ ਜੀ ਉਹਦੀ ਹਾਰ ਹੋ ਗਈ ਅਤੇ ਨਮੋਸੀ ਹੋ, ਇਹ ਤਾਪ ਚੜ ਗਿਆ ਉਹਨੂੰ। ਅਤੇ ਪਹਿਲਾਂ ਅਪਮਾਨ ਦਾ ਤਾਪ ਚੜਿਆ ਹੋਇਆ ਸੀ, ਤਨਾਸੋਂ ਦੀ ਕਵਿਤਾ 'ਤੇ ਈਰਖਾ ਦਾ ਤਾਪ ਚੜਿਆ, ਫਿਰ ਉਹਨੂੰ ਨਮੋਸੀ ਦਾ ਤਾਪ ਚੜ ਗਿਆ ਵੀ ਮੇਰਾ ਅਪਮਾਨ ਹੋ ਗਿਆ। ਭਾਈ ਸਾਹਿਬ ਕਹਿੰਦੇ ਮੈਨੂੰ ਤਿੰਨਾਂ ਤਾਪਾਂ ਦਾ ਨਾਸ਼ ਕਰ ਦਿਓ, ਮੈਨੂੰ ਇਹ ਤਾਪ ਨਾ ਕਦੇ ਵੀ ਚੜੇ ਜਿਹੜਾ ਕਵੀਆਂ ਨੂੰ ਚੜ ਜਾਂਦਾ। ਆਦਿ ਤਿੰਨੋਂ ਗੁਣ ਮੰਡਕਾ, ਤੇ ਤਿੰਨੋਂ ਗੁਣ ਮੰਡਕਾ ਭੂਸ਼ਿਤ ਕਰਨ ਵਾਲੇ ਹੇ ਪਰਮਾਤਮਾ ਦੀ ਬਾਗਪਤੀ ਸ਼ਕਤੀ, ਤਿੰਨੇ ਗੁਣ ਕਿਹੜੇ ਨੇ? ਆਪਣਾ ਚੰਗਾ ਸਾਹਿਤ ਰਚ ਲੈਣਾ, ਇੱਕ ਗੁਣ ਹੈ ਕਵੀਆਂ ਦਾ। ਦੂਸਰੇ ਦੇ ਸਾਹਿਤ ਨੂੰ ਰਚੇ ਹੋਏ ਨੂੰ ਉਹਨੇ ਚੰਗੀ ਤਰ੍ਹਾਂ ਬਾਚ ਲੈਣਾ, ਇਹ ਵੀ ਇੱਕ ਬਹੁਤ ਵੱਡਾ ਗੁਣ ਹੈ, ਵਿਦਵਾਨ ਪੈਦਾ ਹੁੰਦੇ ਨੇ ਇੱਥੋਂ। ਅਤੇ ਤੀਸਰਾ ਸਾਧ ਸਿੰਘ ਜੀ ਸਾਹਿਤ ਨੂੰ ਅੱਗੇ ਚੰਗੀ ਤਰ੍ਹਾਂ ਪੜ੍ਹਾ ਸਕਣਾ, ਜਿਵੇਂ ਕਲਾਰਾਂ ਦਾ ਜਸਵੰਤ ਸਿੰਘ ਸੀ, ਰਾਗੀ ਅੱਖਾਂ ਤੋਂ ਮਰਾਖਾ ਮਸਤੂਆਂ ਨੇ ਰਿਹਾ, ਉਹਨਾਂ ਨੂੰ ਰਾਗੀ ਬਣਾ ਗਿਆ ਜਿਹਨਾਂ ਨੂੰ ਬਿਲਕੁਲ ਕੁਛ ਇੱਕ ਸੁਰ ਵੀ ਨਹੀਂ ਸੀ ਆਉਂਦੀ, ਰੋਟੀ ਯੋਗਾ ਕਰ ਰਿਹਾ, ਫਿਰ ਮਹਿਤੇ ਰਿਹਾ, ਬੜੇ ਬੜੇ ਰਾਗੀ ਪੈਦਾ ਕਰ ਦਿੱਤੇ, ਇਹ ਗੁਣ ਹੁੰਦਾ ਹੈ। ਤੋ ਇਸ ਕਰਕੇ ਕਈ ਆਪ ਪੜ੍ਹ ਲੈਂਦੇ, ਦੂਜੇ ਨੂੰ ਪੜ੍ਹਾ ਨਹੀਂ ਸਕਦੇ। ਇਹ ਤਿੰਨੇ ਗੁਣ ਸਾਹਿਤ ਰਚਣ ਦਾ, ਬਾਚਣ ਦਾ ਅਤੇ ਅੱਗੇ ਸਮਝਾਉਣ ਦਾ, ਇਹਨਾਂ ਗੁਣਾਂ ਨੂੰ ਤੂੰ ਭੂਸ਼ਿਤ ਕਰਨ ਵਾਲੀ ਹੈ। ਤਿੰਨੋਂ ਕਾਲ ਮਾਨੇ, ਤਿੰਨਾਂ ਸਮਿਆਂ ਦੇ ਵਿੱਚ ਇੱਕ ਸਮਾਂ ਸੀ ਜਦੋਂ ਵੇਦਾਂ ਦਾ ਸਮਾਂ ਸੀ, ਵੇਦਾਂ ਦੀਆਂ ਰਿਚਾਂ ਗਾਈਆਂ ਜਾਂਦੀਆਂ ਸੀ, ਉਹਨਾਂ ਦੇ ਵਿੱਚ ਵੀ ਬਾਗਪਤੀ ਤੂੰ ਮੰਨੀ ਗਈ ਹੈ, ਵੇਦਾਂ ਦੀ ਮਾਂ ਮੰਨੀ ਹੈ ਇੱਕ ਥਾਂ 'ਤੇ ਸਾਧ ਸਿੰਘ ਜੀ, ਬਾਗਪਤੀ ਉਹ ਕੋਈ ਦੇਵੀ ਨਹੀਂ ਉਸ ਤਰ੍ਹਾਂ ਜਿਹੜੀਆਂ ਕਲਪਤ ਦੇਵੀਆਂ।
ਤੇ ਤੈਨੂੰ ਤਿੰਨਾਂ ਕਾਲਾਂ ਦੇ ਵਿੱਚ ਉਸ ਤੋਂ ਬਾਅਦ ਤੇ ਫਿਰ ਪੁਰਾਣਿਕ ਸਮਾਂ ਵੀ ਆਇਆ ਤੇ ਫਿਰ ਜਵਨਾਂ ਦਾ ਸਮਾਂ ਆਇਆ ਜਿਹੜੇ ਲੋਕਾਂ ਨੇ ਆ ਕੇ ਸਾਡੇ ਦੇਸ਼ 'ਤੇ ਕਬਜ਼ਾ ਕੀਤਾ ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਪਰ ਤੂੰ ਮੰਨਣ ਯੋਗ ਹੈ ਵਾਗਪਤੀ ਸ਼ਬਦਾਂ ਦੀ ਤਾਕਤ ਦੇਣ ਵਾਲੀ ਤੂੰ ਹੀ ਮੰਨੀ ਹੈ ਇਹਨਾਂ ਸਾਰੇ ਕਵੀਆਂ ਨੂੰ ਤਿੰਨੋ ਸ਼ਕਤ ਪ੍ਰਧਾਨਤਾ ਤਿੰਨੇ ਸ਼ਕਤੀਆਂ ਦੀ ਪ੍ਰਧਾਨਤਾ ਹੈ ਤੇਰੇ ਵਿੱਚ ਉਹ ਕਿਸ ਤਰ੍ਹਾਂ ਜੱਗ ਕਰਨ ਵਾਲਿਆਂ ਨੂੰ ਜਗਸ਼ਾਲਾ ਦੀ ਕਿਉਂਕਿ ਸਮੁੱਚੇ ਰੂਪ 'ਚ ਉਪਦੇਸ਼ ਹੈ ਔਰ ਵੇਦ ਪੜ੍ਹਨ ਵਾਲਿਆਂ ਨੂੰ ਵੇਦ ਪਾਠੀਆਂ ਨੂੰ ਸ਼ਕਤੀ ਦੇਣ ਵਾਲੀ ਹੈ ਔਰ ਪੈਲੀਆਂ ਦੇ ਵਿੱਚ ਹਰਿਆਵਲ ਲਿਆਉਣ ਵਾਲੀ ਤੇਰੇ ਵਿੱਚ ਸ਼ਕਤੀ ਹੈ ਜਿਹਨਾਂ ਨੂੰ ਸੰਤਾਨ ਨਹੀਂ ਪਰਮਾਤਮਾ ਦੀ ਉਹ ਸ਼ਕਤੀ ਹੈ ਬਾਗਪਤੀ ਤੂੰ ਉਹਨਾਂ ਨੂੰ ਸੰਤਾਨ ਦੇਣੀ ਹੈ ਇਹ ਤਿੰਨ ਸ਼ਕਤੀਆਂ ਵੀ ਹੈ ਤੇਰੀਆਂ ਤਿੰਨੋ ਕਿਰਤ ਬਾਣੇ ਇਹ ਤਿੰਨੇ ਕਿਰਤਾਂ ਨੂੰ ਕਰਨ ਵਾਲੀ ਆਹ ਤੇਰੀ ਕਿਰਤ ਹੈ ਜਿਹੜੀ ਉੱਪਰ ਦਸੀ ਹੈ ਉਹਨਾਂ ਚ ਤੇਰੀ ਪ੍ਰਧਾਨਤਾ ਵੀ ਹੈ ਤਿੰਨੋ ਗਾਨੀ ਬਰਵੰਡਕਾ ਤਿੰਨਾਂ ਨੇ ਗਾਇਆ ਤੈਨੂੰ ਬਰਮਾ ਵਿਸ਼ਨੂੰ ਸ਼ਿਵ ਜੀ ਨੇ ਤੇ ਬਰ ਵੰਡਕਾ ਬੜੇ ਬਲ ਕੀ ਬਲ ਦੇ ਬਾਰ ਰਾਰਾ ਤੇ ਲੱਲਾ ਸਵਰਨੀ ਅੱਖਰ ਹੁੰਦੇ ਨੇ ਬਲ ਵਾਲੀ ਤੂੰ ਜਾਂ ਬਲ ਵੰਡਕਾ ਬਲ ਨੂੰ ਵੰਡਣ ਵਾਲੀ ਹੈ ਪਰਮਾਤਮਾ ਦੀ ਇੱਕ ਸ਼ਕਤੀ ਜਿਹੜੀ ਸਾਰਿਆਂ ਨੂੰ ਤਾਕਤ ਬਣਦੀ ਹੈ ਕਿਹਨੂੰ ਕਿੰਨੀ ਕੁ ਤਿਆਗ ਚਾਹੀਦੀ ਹੈ ਇਸ ਕਰਕੇ ਮੈਂ ਤੈਨੂੰ ਨਮਸਕਾਰ ਕਰਦਾ ਹਾਂ ਦਿਨੀ ਰਜ ਧਾਨੀ ਬਜਰ ਪਾਨੀ ਕੋ ਕਿਰਪਾਨ ਪਾਨੀ ਦੀਨੀ ਰਾਜ ਧਾਨੀ ਬਜਰ ਪਾਨੀ ਕੋ ਕਿਰਪਾਨ ਪਾਨੀ ਤੇ ਇਹ ਪਰਮੇਸ਼ਰ ਦੀ ਐਸੀ ਸੱਚਾ ਜਿਹੜਾ ਤੇ ਬਜਰ ਪਾਨੀ ਬਜਰ ਇੱਕ ਸੱਤ ਧਾਤੂਆਂ ਦਾ ਬਣਿਆ ਹੋਇਆ ਸ਼ਸਤਰ ਹੈ ਉਹ ਕਹਿੰਦੇ ਨੇ ਇੰਦਰ ਦੇ ਹੱਥ ਵਿੱਚ ਹੈ ਤੇ ਇਸ ਕਰਕੇ ਬਜਰ ਪਾਨੀ ਨਾਮ ਹੋਇਆ ਇੰਦਰ ਦਾ ਦੀਨੀ ਰਾਜਧਾਨੀ ਤੈਂ ਉਹਨੂੰ ਰਾਜਧਾਨੀ ਦਿੱਤੀ ਜਿਸ ਵੇਲੇ ਇੰਦਰ ਨਿਕਾਲ ਦਿੱਤਾ ਸੀ ਤੇ ਉਹ ਸਾਰਾ ਪ੍ਰਸੰਗ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਲਿਖਿਆ ਹੈ ਤੇ ਇਸ ਕਰਕੇ ਤੇਰੇ ਹੱਥ ਦੇ ਵਿੱਚ ਕਿਰਪਾਨ ਹੈ ਕਿਰਪਾ ਰੂਪੀ ਕਿਰਪਾਨ ਹੈ ਤੇ ਪ੍ਰਤੱਖ ਵੀ ਤੇਰੀ ਸ਼ਕਤੀ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਨਾਰਨਾ ਪੁਰਖ ਨਾ ਪੰਖ ਨੂੰ ਤੂੰ ਕਿਹਾ ਜਾ ਮਰਜ਼ੀ ਸਰੂਪ ਧਾਰਨ ਕਰਨ ਲਵੇਂ ਉਸ ਕਰਕੇ ਦੇਵਤਾਂ ਦਾ ਨਾਸ਼ ਕਰਨ ਕਰਕੇ ਤੈਨੂੰ ਝੰਡਕਾ ਵੀ ਕਿਹਾ ਜਾਂਦਾ ਹੈ ਤੈਨੂੰ ਸ਼ਕਤੀ ਕਿਹਾ ਜਾਂਦਾ ਹੈ ਪਰ ਹੇ ਪਰਮੇਸ਼ਰ ਤੇ ਤੇਰੀ ਸ਼ਕਤੀ ਜਿਹੜੀ ਹੈ ਮੈਂ ਉਹਨੂੰ ਨਮਸਕਾਰ ਕਰਦਾ ਤੇ ਇੰਦਰ ਵਰਗਿਆਂ ਨੂੰ ਰਾਜ ਤੇ ਹੀ ਦਿੱਤਾ ਹੈ ਜਾਨੀ ਮੈਂ ਭਵਾਨੀ ਸੁਖ ਖਾਨੀ ਕਾਲ ਖੰਡਕਾ ਜਾਨੀ ਮੈਂ ਭਵਾਨੀ ਮੈਂ ਜਾਣਿਆ ਕਿ ਭਾਵ ਸੰਸਾਰ ਨੂੰ ਜਨਮ ਦੇਣ ਵਾਲੀ ਵੀ ਤੂੰ ਹੀ ਹੈ ਏਕਾ ਮਾਈ ਜੁਗਤ ਵਿਆਹੀ ਭਾਵ ਆਨੀ ਜਿੰਨੇ ਜੀਵ ਭਾਵ ਸੰਸਾਰ ਵਿੱਚ ਆਏ ਨਾ ਤੇ ਇਹ ਆਪਣੇ ਆਪ ਤਾਂ ਆਏ ਨੇ ਬਾਗਪਤੀ ਤੇਰੀ ਹੀ ਕਿਰਪਾ ਦੇ ਨਾਲ ਆਏ ਹੈ ਜੰਮਦੇ ਬੱਚੇ ਦੇ ਮੂੰਹ ਦੇ ਵਿੱਚ ਆਵਾਜ਼ ਆਉਂਦੀ ਹੈ ਉਹ ਸ਼ਕਤੀ ਦਿੱਤੀ ਹੈ ਤਾਂ ਬੋਲਣ ਦੀ ਸੁਖਾਂ ਦੀ ਤੂੰ ਖਾਣ ਹੈ ਭੰਡਾਰ ਹੈ ਸੁਖਾਂ ਦਾ ਔਰ ਅੱਗੇ ਦੱਸਦੇ ਨੇ ਕਿ ਖਲ ਖੰਡਕਾ ਤੇ ਮੂਰਖਾਂ ਨੂੰ ਉਹਨਾਂ ਦਾ ਨਾਸ਼ ਕਰਨ ਵਾਲੀ ਵੀ ਹੈ ਨਮੋ ਨਮੋ ਬਾਗਵਾਨੀ ਤੇ ਇੱਥੇ ਹੁਣ ਸਪਸ਼ਟ ਕਰ ਦਿੱਤਾ ਭਾਈ ਸਾਹਿਬ ਜੀ ਮੈਂ ਕਿਸੇ ਦੇਵੀ ਨੂੰ ਨਹੀਂ ਕਹਿ ਰਿਹਾ ਨਮੋ ਨਮੋ ਬਾਗਵਾਨੀ ਹੇ ਬਚਨਾਂ ਦੀ ਸੱਤਾ ਦੇਣ ਵਾਲੀ ਦੇਵੀ ਹੇ ਸ਼ਕਤੀ ਮੈਂ ਤੈਨੂੰ ਨਮਸਕਾਰ ਕਰਦਾ ਕਿਉਂਕਿ ਮੈਂ ਵੀ ਸ਼ਬਦ ਉਚਾਰਨ ਕਰਨੇ ਨੀ ਛੰਦਾਬੰਦੀ ਇਸ ਕਰਕੇ ਮੇਰੀ ਨਮਸਕਾਰ ਹੈ ਜੋਤ ਵਿਦ ਤਾਨੀ ਦਾਸ ਰਸਨਾ ਬਸਾਨੀ ਤੇ ਜੋਤ ਵਿਦ ਤਾਨੀ ਤੇਰੀ ਸੱਤਾ ਜਿਹੜੀ ਹੈ ਤੇਰੀ ਜਿਹੜੀ ਜੋਤ ਹੈ ਪ੍ਰਕਾਸ਼ ਹੈ ਵਿਦਵਾਨਾਂ ਦੇ ਹਿਰਦੇ ਵਿੱਚ ਉਹ ਸਾਰਿਆਂ ਤੇ ਪ੍ਰਗਟ ਹੈ ਕੋਈ ਲੂਕੀ ਨਹੀਂ ਦਾਸ ਰਸਨ ਵਿਖਾਨੀ ਦਾਸ ਦੇ ਰਸਨਾਂ ਤੇ ਬਹਿ ਜਾ ਹੁਣ ਤੋਂ ਹੇ ਅਕਾਲ ਪੁਰਖ ਦੀ ਉਹ ਸ਼ਕਤੀ ਬਚਨ ਬੋਲਣ ਦੀ ਮੈਂ ਇਸ ਕਰਕੇ ਕਿਰਪਾ ਕਰੋ ਜੇ ਜੈਤ ਜੈਤ ਬਾਤ ਚੰਡਕਾ ਜੈ ਹੋਵੇ ਚੰਡਨਾ ਪ੍ਰਕਾਸ਼ ਦੈ ਚੰਡਨਾ ਬਹੁਤ ਤੀਕਸ਼ਣ ਦੈ ਤੂੰ ਤਿੱਖੇ ਵੇਗ ਵਾਲੀਆਂ ਫੇਰ ਚਲੋ ਜੀ ਇਹ ਸ਼ਬਦ ਫੇਰ ਚਲੋ ਤਿੰਨੋ ਲੋਕ ਬਰਦਾਨੀ ਹੁਣ ਸਾਧ ਸਿੰਘ ਜੀ ਇਹ ਤਾਂ ਸੀ ਲੂਣ ਤੇਲ ਵਾਲਿਆਂ ਦਾ ਅਰਥ ਜਿਹੜਾ ਪਹਿਲਾਂ ਮੈਂ ਦ੍ਰਿਸ਼ਟਾਂਤ ਦਿੱਤਾ ਸੀ ਕਈਆਂ ਨੇ ਤਾਂ ਲੂਣ ਤੇਲ ਵੇਚ ਕੇ ਹੀ ਚਲਿਆ ਜਾਣਾ ਬਸ ਵੀ ਇੰਨਾ ਕੀ ਅਰਥ ਹੈ ਇਹਦਾ ਹੋਰ ਕੋਈ ਅਰਥ ਨੀ ਜੀ ਇਹ ਤਾਂ ਭਾਈ ਸਾਹਿਬ ਨੇ ਔਰ ਇਹਦੇ ਚ ਇਹ ਨੀ ਪਤਾ ਪਲੇਥਣ ਹੋਰ ਕੀ ਲਾ ਦੇਣ ਭਾਈ ਸਾਹਿਬ ਨੂੰ ਕੀ ਕਹਿ ਦੇਣ ਦੂਸਰਾ ਸਾਧ ਸਿੰਘ ਜੀ ਤੇ ਜਿਵੇਂ ਉਹ ਪਹਿਲਵਾਨ ਨੇ ਕਿਹਾ ਸੀ ਤੇ ਵੀ ਕਰ ਕਸਰਤ ਖਾ ਖਾ ਘਿਓ ਕਰ ਕਸਰਤ ਐਂ ਕਹਿੰਦਾ ਤਿੱਤਰ ਜਿਨ੍ਹਾਂ ਨੇ ਸਾਧ ਸਿੰਘ ਜੀ ਕੁਛ ਥੋੜੀ ਬਹੁਤ ਬ੍ਰਹਮ ਵਿਦਿਆ ਪੜ੍ਹੀ ਹੈ ਉਹ ਬਲਵਾਨ ਸਾਡੇ ਵਿੱਚੋਂ ਬ੍ਰਹਮ ਨੂੰ ਸਤੇ ਸਮਝਿਆ ਅਗਿਆਨ ਦੀਆਂ ਸ਼ਕਤੀਆਂ ਨੂੰ ਸਮਝਿਆ ਕੀ ਹੈ ਅਸਤੂਆ ਪਾਦਕ ਸ਼ਕਤੀ ਕੀ ਹੈ ਭਾਨਾ ਪਾਦਕ ਸ਼ਕਤੀ ਕੀ ਹੈ ਭਲਵਾਨਾਂ ਦੀ ਤਰ੍ਹਾਂ ਲੜੇ ਨੇ ਅਗਿਆਨ ਦੇ ਨਾਲ ਨੇਹ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਦੀ ਉਹ ਮੈਦਾਨੇ ਜੰਗ ਵਿੱਚ ਆ ਗਏ ਨੇ ਤੇ ਇਸ ਕਰਕੇ ਸਾਧ ਸਿੰਘ ਜੀ ਤੇ ਉਹਨਾਂ ਦੇ ਵਾਸਤੇ ਇਹ ਦੂਸਰਾ ਅਰਥ ਜਾਣੋ ਇਹ ਫਿਰ ਪਰਮਾਤਮਾ ਦੀ ਉਸ ਸੱਤਾ ਤੇ ਜਾਣਨਾ ਜੀ ਬੋਲੋ ਜੀ ਤਿੰਨੋ ਲੋਕ ਬਰਦਾਨੀ ਹੇ ਪਰਮੇਸ਼ਰ ਤੇਰੀ ਜਿਹੜੀ ਸੱਤਾ ਹੈ ਸੱਤਾ ਸਪੁਰਤੀ ਦੇਖੋ ਜੇ ਮੇਰੇ ਵਿੱਚ ਸੱਤਾ ਹੈ ਉਸ ਵਾਹਿਗੁਰੂ ਦੀ
ਤਾਂ ਮੈਂ ਇੱਥੇ ਬੈਠਾ ਬੋਲ ਰਿਹਾ। ਜੇ ਤੁਹਾਡੇ ਵਿੱਚ ਸੱਤਾ ਹੈ ਤਾਂ ਤੁਸੀਂ ਸੁਣ ਰਹੇ ਹੋ, ਜਿੱਦਣ ਸੱਤਾ ਖਤਮ ਹੋ ਗਈ ਤੇ ਉਦਣ ਫਿਰ ਦੇਖ ਲਓ ਕੀ ਹੁੰਦਾ। ਉਦੋਂ ਫਿਰ ਚਾਰ ਜਣੇ ਚੱਕੀ ਲੈ ਕੇ ਜਾਂਦੇ ਨੇ, ਬੜੀਆਂ ਨੂੰ ਆਪ ਤਾਂ ਨਹੀਂ ਜਾਂਦਾ ਤੁਰ ਕੇ, ਸੱਤਾ ਹੀ ਖਤਮ ਹੋਈ ਹੈ। ਇਸ ਕਰਕੇ ਤਿੰਨੋਂ ਲੋਕ, ਤਿੰਨਾਂ ਲੋਕਾਂ ਦੇ ਵਿੱਚ ਵਰਦਾਨੀ, ਤਿੰਨਾਂ ਲੋਕਾਂ ਦੇ ਵਿੱਚ ਤੇਰੀ ਹੇ ਸੱਤਾ, ਹੇ ਬ੍ਰਹਮ ਦੀ ਸੱਤਾ, ਤੂੰ ਬੜੇ ਬੜੇ ਵਰ ਦੇਣ ਵਾਲੀ ਹੈ। ਜਦੋਂ ਅਕਾਲ ਪੁਰਖ ਦਾ ਕੋਈ ਧਿਆਨ ਧਰਦਾ ਨਾ, ਤੇ ਉਹਨਾਂ ਨੂੰ ਸਾਧ ਸਿੰਘ ਜੀ ਬਹੁਤ ਸਾਰੇ ਵਰ ਵੀ ਦੇਣ ਵਾਲੀ ਹੈ। ਕਿਸੇ ਨੇ ਬਲ ਮੰਗਿਆ ਹੈ, ਕਿਸੇ ਨੇ ਕੁਛ ਮੰਗਿਆ, ਤੇ ਉਹਦੇ ਕੋਲੋਂ ਮੰਗਦੇ ਆ ਸਾਰੇ। ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸਹਿਸਾਰ ਪਾਇਆ, ਬਰਮਾ ਵਿਸ਼ਨ ਮੇਹ ਸਾਜ ਕੁਦਰਤੀ ਅਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦ ਨੀ ਬਿਨ ਥੰਨਾ ਥੰਮਾ ਗਗਨ ਰਹਾਇਆ, ਤਈ ਸਿਰਜੇ ਦਾਨੋ ਦੇਵ ਤੇ ਤਿੰਨ ਅੰਦਰ ਵਾਦ ਰਚਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਨਾਲ ਬਾਣ ਕੰਸ ਕੇਸੀ ਪਕੜ ਕਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਿੰਨੀ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਉਹ ਸੱਤਾ ਦੀ ਗੱਲ ਕਰ ਰਿਹਾ ਜਿਹਨੂੰ ਮਾਨਕ ਹੈ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਹੇ ਬ੍ਰਹਮ ਦੀ ਸੱਤਾ, ਤੂੰ ਜਿਹੜਾ ਵੀ ਤੇਰੇ ਕੋਲੋਂ ਜਾਚਨਾ ਕਰਦਾ ਉਹਨਾਂ ਨੂੰ ਬੜੇ ਬੜੇ ਬਲ ਦਿੰਦੀ ਹੈ। ਅਤੇ ਇੱਥੇ ਸਾਧ ਸਿੰਘ ਜੀ ਇਹਦਾ ਵਰ ਦਾ ਅਰਥ ਬਲ ਕਰਨਾ, ਤੂੰ ਬਲਾਂ ਦੀ ਦਾਤੀ ਹੈ, ਸੱਤਾ ਦੇ ਦਿੰਦੀ ਹੈ, ਸ਼ਕਤੀ ਦੇ ਦਿੰਦੀ ਹੈ। ਤਿੰਨੋ ਜਾਚਾਂ, ਤਿੰਨੋ ਜਾਚਾਂ ਮਹਾਰਾਣੀ, ਬਰਮਾ ਵਿਸ਼ਨੂੰ ਸ਼ਿਵ ਜੀ ਤੇਰੇ ਦਰ ਦੇ ਮੰਗਤੇ ਨੇ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਤੂੰ ਦੇਖ ਰਹੀ ਹੈ ਉਹਨਾਂ ਨੂੰ, ਉਹ ਨਹੀਂ ਤੇ। ਹੇ ਪਰਮਾਤਮਾ ਦੀ ਸ਼ਕਤੀ, ਜਿਵੇਂ ਸਾਡੇ ਸਰੀਰ ਦੀ ਸ਼ਕਤੀ ਸਾਡੇ ਸਰੀਰ ਦੇ ਨਾਲ ਜੁੜੀ ਹੋਈ ਹੈ, ਬ੍ਰਹਮ ਦੀ ਸ਼ਕਤੀ ਬ੍ਰਹਮ ਦੇ ਨਾਲ ਜੁੜੀ ਹੋਈ ਹੈ, ਇਹ ਕਿਸਮ ਦਾ ਬ੍ਰਹਮ ਦੀ ਸਾਧ ਸਿੰਘ ਜੀ ਇਹ ਆਹਵਾਨ ਕੀਤਾ ਗਿਆ ਹੈ। ਅਤੇ ਇਹ ਤਿੰਨੋ ਜਾਚਾ ਤੇਰੇ ਦਰ ਦੇ ਤਿੰਨੇ ਜਾਚਨਾ ਕਰਨ ਵਾਲੇ ਮੰਗਤੇ ਹਨ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੋ ਤਾਪ ਹਨ, ਤੇ ਤਿੰਨੇ ਜਿਹੜੇ ਤਾਪ ਹਨ ਆਦ ਵਿਆਦ ਉਪਾਦ, ਤੇ ਇਹਨਾਂ ਦਾ ਨਾਸ਼ ਕਰਨ ਵਾਲੀ ਹੈ। ਤਿੰਨੋ ਗੁਣ ਮੰਡਕਾ, ਆਹ ਤਿੰਨੋ ਗੁਣ ਮੰਡਕਾ, ਰਜੋ ਗੁਣ ਸਤੋ ਗੁਣ ਤਮੋ ਗੁਣ ਨੂੰ ਭੂਸ਼ਿਤ ਕਰਨ ਵਾਲੀ ਹੈ। ਜਦੋਂ ਜੀਵ ਦੇ ਅੰਦਰ ਤਮੋ ਗੁਣ ਆਉਂਦਾ ਉਦੋਂ ਸਾਧ ਸਿੰਘ ਜੀ ਕ੍ਰੋਧ ਵਿੱਚ ਗਾਲਾਂ ਵੀ ਕੱਢ ਸਕਦਾ, ਦੂਸਰਿਆਂ ਨੁਕਸਾਨ ਕਰਦਾ। ਪਰ ਇਹ ਗੁਣ ਨੂੰ ਵੀ ਸੱਤਾ ਤਾਂ ਤੈਂ ਹੀ ਦਿੱਤੀ, ਗੁਣ ਤੈਂ ਪੈਦਾ ਕੀਤੇ, ਏਕਾ ਮਾਈ ਜੁਗਤ ਵਿਆਹ ਤਿੰਨ ਚੇਲੇ ਪ੍ਰਵਾਨ, ਉਹ ਗੁਣੇ ਹੀ ਨੇ, ਹੇ ਰਜਗੁਣ ਸਤਗੁਣ ਤਮ ਗੁਣ। ਤੇ ਤਿੰਨੋ ਗੁਣ ਮੰਡਕਾ, ਇਹਨਾਂ ਗੁਣਾਂ ਨੂੰ ਅਸਰ, ਇਹਨੂੰ ਹੋਰ ਸਪਸ਼ਟ ਕਰਨਾ ਹੋਵੇ, ਫਿਰ ਰਜੋ ਗੁਣ ਦੇ ਵਿੱਚ ਆ ਕੇ ਲੋਭੀ ਲਾਲਚੀ ਹੋ ਜਾਂਦਾ, ਸਤੋ ਗੁਣ ਦੇ ਆਵੇ ਦਾਨ ਕਰਦਾ, ਜਾਂ ਫਿਰ ਤਿੰਨੋ ਗੁਣ ਮੰਡਕਾ, ਤਿੰਨੋ ਗੁਣ ਸਾਸ ਇਹਨਾਂ ਗੁਣਾਂ ਨੂੰ ਮੰਡਣ ਵਾਲੀ ਹੈ, ਭੂਸ਼ਿਤ ਕਰਨ ਵਾਲੀ ਹੈ। ਤਿੰਨੋ ਕਾਲ ਮਾਨੇ, ਭੂਤ ਕਾਲ ਭਵਿੱਖਤ ਕਾਲ ਵਰਤਮਾਨ ਦੇ ਵਿੱਚ ਹੇ ਪਰਮਾਤਮਾ ਤੇਰੀ ਸੱਤਾ ਨੂੰ ਮੰਨਿਆ ਗਿਆ ਕਿ ਤੇ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕਦਾ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਅੱਖਾਂ ਦੇਖਦੀਆਂ ਤੇਰੀ ਸੱਤਾ ਨਾਲ ਦੇਖਦੀਆਂ। ਇਸ ਕਰਕੇ ਤਿੰਨਾਂ ਕਾਲਾਂ ਵਿੱਚ ਤੈਨੂੰ ਮੰਨਿਆ ਹੈ। ਤਿੰਨੋ ਸ਼ਕਤ ਪ੍ਰਧਾਨੀ ਤਵ, ਤਿੰਨੇ ਸ਼ਕਤੀਆਂ ਜਿਹੜੀਆਂ ਸਾਧ ਸਿੰਘ ਜੀ ਉਹਨਾਂ 'ਚ ਤੂੰ ਪ੍ਰਧਾਨ ਹੈ, ਜਿਵੇਂ ਉਮਾ ਰਮਾ ਲਕਸ਼ਮੀ ਆਦਿ, ਇਹ ਤਿੰਨ ਸ਼ਕਤੀਆਂ ਹਿੰਦੂ ਮਤ ਦੇ ਵਿੱਚ ਬੜੀਆਂ ਮੰਨੀਆਂ, ਇਹਦੀ ਪੂਜਾ ਬੜੀ ਕਰਦੇ ਹੈ। ਅਤੇ ਭਾਈ ਸਾਹਿਬ ਕਹਿੰਦੇ ਮੈਂ ਤਾਂ ਇਹ ਕਹਿੰਦਾ ਵੀ ਇਹਨਾਂ ਤਿੰਨਾਂ ਦੇ ਵਿੱਚ ਵੀ ਤੂੰ ਵੱਡੀ ਸ਼ਕਤੀ ਹੈ, ਇਹਨਾਂ ਤਿੰਨਾਂ ਨੂੰ ਵੀ ਤੈਂ ਹੀ ਬਣਾਇਆ, ਇਹ ਸ਼ਕਤੀ ਤੇ ਤੋਂ ਹੀ ਲਈ ਹੋਈ ਹੈ। ਤਿੰਨੋ ਸ਼ਕਤ ਪ੍ਰਧਾਨੀ ਤਵ, ਤਵ ਇਹਨਾਂ ਦੇ ਵਿੱਚ ਤੇਰੀ ਪ੍ਰਧਾਨਤਾ ਹੈ, ਤੂੰ ਵੱਡੀ ਹੈ, ਇਹ ਵੱਡੀਆਂ ਨਹੀਂ ਹਨ ਸ਼ਕਤੀਆਂ ਜਿਹੜੇ ਲੋਕ ਦੇਵੀ ਦੇਵਤੇ ਦੇ ਪੁਜ਼ਾਰੀ ਬਣੇ ਨਾ। ਤਿੰਨੋ ਕਿਰਤਵਾਨੀ, ਤੇ ਤਿੰਨੋ ਕਿਰਤਵਾਨੀ, ਤੁਸੀਂ ਤਿੰਨੇ ਪ੍ਰਕਾਰ ਦੇ ਜਿਹੜੇ ਕਿਰਤ ਕੀਤੀ ਹੈ, ਦੈਤ ਬਣਾ ਦਿੱਤੇ, ਦੇਵਤੇ ਬਣਾ ਦਿੱਤੇ, ਮਨੁੱਖ ਬਣਾ ਦਿੱਤੇ, ਇਹ ਤੇਰੀ ਕਿਰਤ ਹੈ, ਇਹ ਤੇਰੀ ਸੱਤਾ ਤੋਂ ਬਿਨਾਂ ਇਹ ਕਿਰਤ ਨਹੀਂ ਹੋਈ ਹੈ। ਤਿੰਨੋ ਗਾਨੇ ਬਰ ਵੰਡਕਾ, ਤੇ ਤਿੰਨਾਂ ਸ਼ਕਤੀਆਂ ਨੇ ਤੈਨੂੰ, ਬਰਮਾ ਵਿਸ਼ਨੀ ਨੇ, ਵਿਸ਼ਨੂੰ ਸ਼ਿਵ ਜੀ ਨੇ ਤੈਨੂੰ ਵੱਡੀ ਜਾਣ ਕੇ ਕਿ ਵੱਡੇ ਸਾਰੇ ਨੂੰ ਬਲ ਵੰਡਣ ਵਾਲੀ ਹੈ। ਹੇ ਬ੍ਰਹਮ ਸੱਤਾ, ਤੇਰੇ ਕੋਲ ਹੀ ਬਲ ਲੈ ਕੇ ਬਰਮਾ ਸ੍ਰਿਸ਼ਟੀ ਸਾਜ ਰਿਹਾ, ਵਿਸ਼ਨੂੰ ਜੀ ਤੇਰੇ ਕੋਲੋਂ ਬਲ ਲੈ ਕੇ ਰੋਜੀ ਦੇ ਰਹੇ ਨੇ, ਸ਼ਿਵ ਜੀ ਤੇਰੇ ਕੋਲੋਂ ਸ਼ਕਤੀ ਲੈ ਕੇ ਲੈਤਾ ਕਰ ਰਹੇ ਨੇ, ਇਹ ਸਾਰੀ ਸ਼ਕਤੀ, ਇਹ ਬਲ ਤਾਂ ਹੀ ਵੰਡਿਆ ਤਿੰਨਾਂ ਦੇ ਵਿੱਚ, ਇਉਂ ਪਰਮਾਤਮਾ ਦਾ ਵਾਹਨ ਕੀਤਾ ਹੈ। ਦਿਨੀ ਰਾਜਧਾਨੀ ਬਜਰ ਪਾਨੀ ਕੋ ਕਿਰਪਾਨ ਪਾਨੀ, ਦਿਨੀ ਰਾਜਧਾਨੀ ਬਜਰ ਪਾਨੀ ਕੋ ਕਿਰਪਾਨ ਪਾਨੀ, ਇੱਥੇ ਕਿਰਪਾਨ ਦਾ ਅਰਥ ਕਿਰਪਾਨ, ਕਿਰਪਾ ਆਨ, ਤੇਰੇ ਕੋਲ ਐਸੀ ਬ੍ਰਹਮ ਦੀ ਸੱਤਾ ਰੂਪ ਹੇ ਪਰਮੇਸ਼ਰ, ਤੇਰੇ ਕੋਲ ਕਿਰਪਾ ਰੂਪੀ ਕਿਰਪਾਨ ਹੁਕਮ ਰੂਪੀ ਹੱਥ ਵਿੱਚ ਬੜੀ ਹੋਈ ਹੈ, ਤੇ ਇਹ ਤੇਰੇ ਹੁਕਮ ਰੂਪੀ ਹੱਥਾਂ ਦੇ ਵਿੱਚ ਫੜ ਕਰਕੇ ਪਾਨ ਨਾ ਹੱਥਾਂ ਦਾ ਹੁੰਦਾ। ਤੇ ਜਿਹੜਾ ਜੀਵ ਹੈ ਇਹ ਇੰਦਰ ਦੀ ਤਰ੍ਹਾਂ ਸਾਧ ਸੁਣ ਜੀ, ਇਹਦੇ ਕੋਲੋਂ ਦੈਤਾਂ ਨੇ, ਕਾਮ ਕਰੋ ਲੋਭ ਮੋਹ ਹੰਕਾਰ ਆਦਿ ਨੇ, ਅਗਿਆਨ ਨੇ, ਇਹਦੇ ਕੋਲੋਂ ਰਾਜਧਾਨੀ ਜਿਹੜੀ ਬ੍ਰਹਮ ਸੱਤਾ ਵਾਲੀ ਉਹ ਖੋਹ ਲਈ ਹੈ। ਤੇ ਤੁਰ ਮੁੜ ਕੇ ਜੀਵ ਨੂੰ ਸਾਧ ਸੁਣ ਜੀ ਤੁਰੀਆ ਪਦ ਦੇ ਵਿੱਚ ਉਹ ਆਤਮ ਪਦ ਦੇ ਦੇਣਾ ਜੀਵ ਆਤਮਾ ਨੂੰ,
ਇਹ ਸਮਝੋ ਇੰਦਰ ਨਾਲੋਂ ਵੱਡੀ ਪਦਵੀ ਹੈ ਜਿਹੜੀ ਜੀਵ ਆਤਮਾ ਨੂੰ ਤੇ ਬ੍ਰਹਮ ਦੀ ਉਸ ਸੱਤਾ ਤੇ ਪਹੁੰਚਾ ਦੇਣਾ, ਬ੍ਰਹਮਾਕਾਰ ਦ੍ਰਿਸ਼ਟੀ ਬਣਾ ਦੇਣੀ ਤੇ ਉੱਥੇ ਸਾਧ ਸਿੰਘ ਜੀ ਉਸ ਦੀ ਪਹੁੰਚ ਹੋ ਜਾਣੀ ਤੁਰਿਆ ਪਦ ਵਿੱਚ। ਤੁਰਿਆ ਪਦ ਰੂਪੀ ਤਖ਼ਤ ਜੀਵ ਰੂਪੀ ਇੰਦਰ ਨੂੰ ਦਬਾਉਣ ਵਾਲੀ ਹੈ। ਜਾਨੀ ਮੈਂ ਭਵਾਨੀ ਸੁਖ ਖਾਨੀ ਖਲ ਖੰਡਕਾ, ਮੈਂ ਜਾਣ ਲਿਆ ਹੇ ਬ੍ਰਹਮਾ ਤੇਰੀ ਸੱਤਿਆ ਜਿਹੜੀ ਮੇਰੇ ਪਰਮੇਸ਼ਰ ਜੀ ਇਹ ਭਾਵ ਆਨੀ ਸੰਸਾਰ ਦੇ ਅੰਦਰ ਤੇਰੀ ਸੱਤਾ ਆਈ ਹੈ, ਸੁੱਖਾਂ ਦੀ ਖਾਣ ਹੈ, ਖਲ ਮੂਰਖਾਂ ਦੇ ਨਾਸ ਕਰਨ ਵਾਲੀ ਹੈ, ਤੂੰ ਆਪਣੀ ਸੱਤਾ ਦੇ ਕੇ ਮੂਰਖਾਂ ਦਾ ਨਾਸ ਕਰਾ ਦਿੰਦੀ ਹੈ। ਨਮੋ ਨਮ ਵਾਕ ਬਾਣੀ, ਨਮਸਕਾਰ ਹੈ ਨਮਸਕਾਰ ਹੈ ਐਸੀ ਸੱਤਾ ਦੇਣ ਵਾਲੀ ਬ੍ਰਹਮ ਦੀ ਜਿਹੜੀ ਸੱਤਾ ਸਾਰਿਆਂ ਨੂੰ ਦੇ ਰਹੀ ਹੈ। ਜੋਤ ਬਿਧਤਾ ਨੇ, ਤੇ ਤੇਰੀ ਸੱਤਾ ਦੇ ਨਾਲ ਅੰਦਰ ਜਿਹੜੀ ਜੋਤ ਪ੍ਰਤਕ ਜੋਤ ਸਾਰਿਆਂ ਦੇ ਅੰਦਰ ਹੈ, ਸਭ ਮੈਂ ਜੋਸ ਹੈ ਉਹ ਪ੍ਰਗਟ ਹੋ ਜਾਂਦੀ ਹੈ। ਦਾਸ ਰਸਨਾ ਦਸਾਨੀ, ਦਾਸ ਦੇ ਰਸਨਾ ਤੇ ਬਹਿ ਜੋ ਸੱਚੇ ਪਾਤਸ਼ਾਹ ਕਿਰਪਾ ਕਰਕੇ। ਜੈਤ ਜੈਤ ਮਾਤ ਚੰਡਕਾ, ਜੈ ਹੋਵੇ ਤੇਰੀ ਜੈ ਹੋਵੇ ਚੰਡਕ ਭਾਵ ਤਿੱਖੇ ਪ੍ਰਕਾਸ਼ ਵਾਲੀ ਹੈ ਬ੍ਰਹਮ ਦੀ ਸੱਤਾ। ਫਿਰ ਬੋਲੋ ਜੀ, ਤਿੰਨ ਲੋਕ ਵਰਦਾਨੀ, ਇਹ ਸਾਧ ਜੀ ਹੁਣ ਜਿਵੇਂ ਉਹ ਸੰਤ ਨੇ ਕਿਹਾ ਸੀ ਵੀ ਇਹ ਤਾਂ ਐਂ ਕਹਿੰਦਾ ਬੀ ਸੁਭਾਨ ਤੇਰੀ ਕੁਦਰਤ, ਇਹ ਸਾਧ ਸਿੰਘ ਜੀ ਜਿਹੜਿਆਂ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਵਿਸ਼ਵਾਸ ਹੈ ਤੇ ਉਹਨਾਂ ਨੇ ਇਹ ਅਰਥ ਸਮਝਿਆ, ਬ੍ਰਹਮ ਬੇਤਿਆਂ ਨੇ ਆਹ ਅਰਥ ਸਮਝਿਆ, ਕਵੀਆਂ ਨੇ ਸਾਧ ਸਿੰਘ ਜੀ ਭਾਈ ਸਾਹਿਬ ਨੇ ਸਭ ਦੇ ਘਰ ਪੂਰਾ ਕਰਤਾ, ਨਾਲੇ ਆਪਣੀ ਆਸਤਕਾ ਵੀ ਬਣਾਈ ਰੱਖੀ ਉਸ ਤਰ੍ਹਾਂ ਹੀ ਜੁਗਤੀ ਦੇ ਨਾਲ ਘਰ ਸਾਰਿਆਂ ਨੂੰ। ਜੇ ਤਾਂ ਕੋਈ ਕਵੀ ਰਹੇ ਜੀ ਤੁਸੀਂ ਆਹ ਨਹੀਂ ਕੀਤਾ ਮੰਗਲ, ਕਹਿਣ ਲੱਗਾ ਭਾਈ ਤੁਸੀਂ ਆਰਥ ਕਰ ਲਓ, ਤੇ ਇਹ ਉਹ ਜੁਗਤੀ ਵਰਤੀ ਆ ਭਾਈ ਸਾਹਿਬ ਜੀ ਦੀ ਮਹਾਨਤਾ ਹੈ। ਤੇ ਆਪ ਸਾਧ ਸਿੰਘ ਜੀ ਹੁਣ ਇੱਥੇ ਇਹ ਜਿਹੜਾ ਮੰਗਲ ਹੈ ਇਹ ਗੁਰਬਾਣੀ ਦਾ ਮੰਗਲ ਹੈ, ਅਸਲ ਦੇ ਵਿੱਚ ਮਹਾਂਪੁਰਖਾਂ ਕੋਲ ਦਾਸ ਨੇ ਪੜ੍ਹਿਆ ਉਸ ਵੇਲੇ ਸਪਸ਼ਟ ਤੌਰ ਤੇ ਦੱਸਿਆ, ਕਹਿੰਦੇ ਇਹਦਾ ਅਰਥ ਇਉਂ ਹੀ ਕਰਨਾ ਹੈ ਤੇ ਹੈ ਕਾਹਲੀ ਕਾਹਲੀ ਦੀ ਖਿਮਾ ਕਰਨੀ, ਤੇ ਇਹ ਤਾਂ ਅਸਲ 'ਚ ਤਿੰਨ ਦਿਨਾਂ 'ਚ ਹੋਣ ਵਾਲੇ ਅਰਥ ਸੀ, ਪਰ ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਵੀ ਤਾਂ ਤੁਰਨਾ ਨਹੀਂ, ਕਹਿਣਗੇ ਇੱਕੋ ਥਾਂ ਘੁੰਮੀ ਜਾਂਦੇ ਆ। ਤੇ ਇਸ ਕਰਕੇ ਤਿੰਨੋਂ ਲੋਕ ਵਰਦਾਨੀ, ਤਿੰਨਾਂ ਲੋਕਾਂ ਦੇ ਵਿੱਚ ਇਹ ਗੁਰਬਾਣੀ ਜਦ ਤੋਂ ਜਪਜੀ ਦਾ ਪਾਠ ਉਚਾਰਨ ਕੀਤਾ ਗੁਰੂ ਨਾਨਕ ਸਾਹਿਬ ਨੇ, ਇੱਕ ਪੋਥੀ 'ਚ ਲਿਖਿਆ ਦੇਵਤੇ ਵੀ ਪਾਠ ਕਰਦੇ ਨੇ, ਇਹ ਐਸਾ ਲਿਖਿਆ ਮਿਲਿਆ। ਤਿੰਨੋਂ ਲੋਕ ਵਰਦਾਨੀ, ਤਿੰਨਾਂ ਲੋਕਾਂ ਦੇ ਵਿੱਚ ਬਲ ਵਾਲੀ ਹੈ ਤੂੰ ਹੇ ਗੁਰਬਾਣੀ, ਤੇਰੇ ਕੋਲੋਂ ਬਲ ਮਿਲਦਾ ਹੈ। ਜਪਜੀ ਸਾਹਿਬ ਦੇ 10 ਪਾਠ ਕਰਦੇ ਸੀ ਬਾਬਾ ਬੀਰਮਦਾਸ ਜੀ, ਜੋ ਕਹਿੰਦੇ ਸੀ ਵਾਕ ਸਿੱਧੀ ਹੋ ਗਈ, ਕਰਮਖੰਡ ਕੀ ਬਾਣੀ ਜੋਰ। ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਕੋਈ 1,25,000 ਜਪਜੀ ਸਾਹਿਬ ਦੇ ਪਾਠ ਕਰਦਾ, ਕੋਈ 10-10 ਪਾਠ ਸੁਖਣੀ ਸਾਹਿਬ ਦੇ ਕਰਦਾ, ਕੋਈ ਮੂਲ ਮੰਤਰ ਗੁਰਮੰਤਰ, ਤੇ ਉਹਦੇ ਨਾਲ ਸਾਧ ਸਿੰਘ ਫਿਰ ਗੁਰਬਾਣੀ ਦਾ ਬਲ ਮਿਲਦਾ, ਬਾਣੀ ਪੜ੍ਹ ਪੜ੍ਹ ਕੇ ਸ਼ਕਤੀ ਪੈਦਾ ਹੋ ਜਾਂਦੀ ਹੈ। ਹਾਂਜੀ, ਤਿੰਨੋਂ ਜਾਚੈ ਮਹਾਰਾਣੀ, ਤਿੰਨੇ ਤਰ੍ਹਾਂ ਦੇ ਲੋਕ ਜਾਚੈ ਮਹਾਰਾਜ, ਸਾਡੇ ਵਿੱਚ ਕੁਝ ਬਹੁਤ ਉੱਤਮ ਗੁਣਾਂ ਵਾਲੇ ਲੋਕ ਨੇ ਬ੍ਰਹਮ ਗਿਆਨੀ, ਤੇ ਕੁਛ ਮੱਧਮ ਨੇ ਨਾ ਉੱਧਰ ਨਾ ਉੱਧਰ, ਤੇ ਕੁਛ ਉਹ ਨੇ ਜਿਹੜੇ ਅਜੇ ਗੁਣਾਂ ਦੀ ਬਹੁਤ ਨਿਓਨ ਨੇ। ਉੱਤਮ ਮੱਧਮ ਕਿਸੇ ਤਿੰਨਾਂ ਨੂੰ ਮਹਾਰਾਣੀ ਹੈ ਗੁਰਬਾਣੀ, ਤੂੰ ਤਿੰਨਾਂ ਨੂੰ ਸੰਭਾਲ ਲੈਣੀ ਹੈ ਤੇ ਤਿੰਨਾਂ ਨੂੰ ਉਪਦੇਸ਼ ਦੇ ਕੇ ਆਪਣੇ ਨਾਲ ਜੋੜਦੀ ਹੈ, ਤੇਰੇ ਕੋਲੋਂ ਜਾਚਨਾ ਕਰਦੇ ਨੇ ਸਾਰੇ। ਤਿੰਨੋ ਤਾਪ ਹਾਨੀ, ਆਦ ਵਿਆਦ ਉਪਾਦ ਤਿੰਨੇ ਤਾਪਾਂ ਨੂੰ ਮਾਨਸਿਕ ਤਾਪ ਵੀ ਬਾਣੀ ਪੜ੍ਹਨ ਦੇ ਨਾਲ ਖਤਮ ਹੁੰਦੇ ਨੇ, ਸਰੀਰਕ ਰੋਗ ਵੀ ਖਤਮ ਹੁੰਦੇ ਨੇ। ਇਸ ਕਰਕੇ ਜਿਹੜੇ ਉੱਪਰੋਂ ਪੈਣ ਵਾਲੇ, ਤੇ ਜਿਵੇਂ ਇਤਿਹਾਸ ਦੇ ਬਚਨ ਆਉਂਦਾ ਕਿ ਮਹਾਰਾਜ ਆਹ ਦੇਖੋ ਇਹ ਨਾਲੇ ਤੁਹਾਡੇ ਕੋਲ ਆਉਂਦਾ ਕਿ ਇਹਨੂੰ ਪ੍ਰੇਤ ਚਿੰਬੜ ਗਿਆ, ਗੁਰੂ ਅਮਰਦਾਸ ਦੇ ਕੋਲ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਵੀ ਆਨੰਦ ਸਿੰਘ ਦੀ ਸਾਖੀ ਆਉਂਦੀ ਹੈ। ਮਹਾਰਾਜ ਕਹਿੰਦੇ ਭਾਈ ਜਪਜੀ ਦਾ ਪਾਠ ਨਹੀਂ ਕਰਦਾ ਹੋਣਾ, ਉੱਪਰੋਂ ਸਿੱਖ ਬਣਿਆ ਹੋਇਆ, ਬਾਣੀ ਤੇ ਟੁੱਟਿਆ ਹੋਇਆ। ਖਾਲੀ ਘਰ ਦੇ ਵੀ ਕਹਿੰਦੇ ਕੁੱਤੇ ਵੀ ਲਿਆ ਜਾਂਦੇ ਹੁੰਦੇ ਨੇ, ਇਹ ਮਹਾਰਾਜ ਦਾ ਵਚਨ ਹੋਇਆ। ਤਿੰਨੇ ਤਾਪ ਆਦ ਵਿਆਦ ਉਪਾਦ ਇਹਨਾਂ ਨੂੰ ਨਾਸ ਕਰਨ ਵਾਲੀ ਹੈ ਗੁਰਬਾਣੀ। ਆਦ ਤਿੰਨੋ ਗੁਣ ਮੰਡਕਾ, ਤਿੰਨੇ ਗੁਣਾਂ ਨੂੰ ਸਾਧ ਸਿੰਘ ਜੀ ਮੰਡਕਾ ਭੂਸ਼ਿਤ ਕਰਨ ਵਾਲੀ ਹੈ। ਤਿੰਨੇ ਗੁਣ ਸਾਧ ਸਿੰਘ ਜੀ ਜਿਹੜੇ ਨੇ, ਤੇ ਇਹਨਾਂ ਤਿੰਨੇ ਗੁਣਾਂ ਦੇ ਉੱਤੇ ਕਾਬੂ ਪਾ ਕੇ ਇਹਨਾਂ ਗੁਣਾਂ ਤੋਂ ਕੰਬ ਲੈਣਾ ਜਿੰਨੀ ਦੇਰ ਤੱਕ ਸਾਧ ਸਿੰਘ ਜੀ ਸਰੀਰ ਹੈ। ਤਿੰਨੇ ਗੁਣ ਇਹਦੇ ਵਿੱਚ ਸਾਧ ਸਿੰਘ ਜੀ, ਤੇ ਆਪ ਤੇ ਵੱਡਿਆਂ ਦਾ ਸਤਿਕਾਰ ਕਰਨਾ, ਬਾਬਰਦਿਆਂ ਨੂੰ ਦੇਖ ਕੇ ਉਹਦੇ ਚ ਈਰਖਰਨ ਕਰਨੀ, ਛੋਟਿਆਂ ਨਾਲ ਕੇ ਤਰਸ ਕਰਨਾ, ਇਤਿਆਦਿਕ ਇਹ ਜਿਹੜੇ ਗੁਣ ਹਨ ਸ਼ੁਭ ਗੁਣ ਪੈਦਾ ਹੋ ਜਾਂਦੇ ਹਨ। ਤਿੰਨੋ ਕਾਲ ਮਾਨੀ, ਤਿੰਨਾਂ ਸਮਿਆਂ ਦੇ ਅੰਦਰ ਇਹ ਗੁਰਬਾਣੀ ਜਦ ਤੋਂ ਪੈਦਾ ਹੋਈਆਂ ਸੰਸਾਰ ਦੇ ਗੁਰੂ ਨਾਨਕ ਦੀ ਰਸਨਾ ਤੋਂ ਉਦੋਂ ਵੀ ਮੰਨੀ, ਅੱਜ ਵੀ ਮੰਨ ਰਹੇ ਨੇ ਲੋਕ, ਤੇ ਆਉਣ ਵਾਲੇ ਸਮੇਂ ਚ ਵੀ ਤੈਨੂੰ ਮੰਨਣਗੇ। ਇੰਨਾ ਸਤਿਕਾਰ ਕਿਸੇ ਹੋਰ ਵੇਦਬਾਣੀ ਆਦਿ ਦਾ ਨਹੀਂ ਹੋਏਗਾ, ਇਹ ਤੇਰਾ ਸਤਿਕਾਰ ਤਿੰਨਾਂ ਸਮਿਆਂ ਵਿੱਚ ਰਹੇਗਾ। ਤਿੰਨੋ ਸ਼ਕਤ ਪ੍ਰਧਾਨੀ ਤਵ, ਤੇ ਤਵ ਤੇਰੇ ਵਿੱਚ ਇਹ ਸ਼ਕਤੀਆਂ ਪ੍ਰਧਾਨ ਹਨ, ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਵੀ ਤੇਰੇ ਅੱਗੇ ਝੁਕਦੇ ਨੇ। ਤਿੰਨੋ ਕਿਰਤਬਾਨੀ, ਤੇ ਤਿੰਨੋ ਕਿਰਤਬਾਨੀ ਤਿੰਨਾਂ ਨੂੰ ਕਰਨ ਵਾਲੀਆਂ, ਭਾਵ ਤਿੰਨ ਪ੍ਰਕਾਰ ਦੇ ਜਿਹੜੇ ਸਾਧ ਸਿੰਘ ਜੀ ਜਿਹੜੇ ਲੋਕ ਹਨ,
ਤੇ ਉਹਨਾਂ ਦੇ ਵਿੱਚ ਸ਼ੁਭ ਗੁਣ ਪੈਦਾ ਕਰਨ ਵਾਲੀ ਹੈ। ਤੈਨੂੰ ਗਾਨੀ ਬਰ ਵੰਡਕਾ, ਤੇ ਤਿੰਨ ਤਰ੍ਹਾਂ ਦੇ ਲੋਕਾਂ ਨੇ ਤੈਨੂੰ ਵੱਡੀ ਜਾਣ ਕੇ ਬਰ ਵੰਡਣ ਵਾਲੀਆਂ ਹੈ ਗੁਰਬਾਣੀ। ਦਿਨੀ ਰਾਜ ਧਾਨੀ ਬਜਰ ਪਾਨੀ ਕੋ ਕਿਰਪਾਨ ਪਾਨੀ, ਜੀਵ ਰੂਪ ਇੰਦਰ ਨੂੰ ਅੰਦਰ ਦੀ ਰਾਜਧਾਨੀ ਜਿਹੜੀ ਖੁਸ਼ੀ ਹੋਈ ਸੀ ਇਹਦੇ ਕੋਲੋਂ, ਉਹ ਤੂੰ ਕਿਰਪਾ ਤੇਰੇ ਹੱਥ ਵਿੱਚ ਹੈ ਗੁਰਬਾਣੀ, ਤੇ ਉਸ ਨੂੰ ਬ੍ਰਹਮਾਕਾਰ ਬਿਰਤੀ ਬਣਾ ਕਰਕੇ ਬ੍ਰਹਮ ਸੱਤਾ ਤੇ ਪਹੁੰਚਾ ਦਿੰਦੀ ਹੈ। ਜਾਨੀ ਮੈਂ ਭਵਾਨੀ ਸੁਖ ਖਾਨੀ ਕਾਲ ਖੰਡ ਕਾ, ਮੈਂ ਜਾਣਿਆ ਸੰਸਾਰ ਦੇ ਵਿੱਚ ਸੁਖਾਂ ਦੀ ਖਾਣ ਹੀ ਆ, ਤੂੰ ਤਾਂ ਸੰਸਾਰ ਦੇ ਵਿੱਚ ਬਾਣੀ ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਟਾਈ, ਤੂੰ ਸੁਖਾਂ ਦੀ ਖਾਣ ਹੈ। ਕਾਲ ਖੰਡ ਕਾ ਤੇ ਮੂਰਖ ਜਿਹੜੇ ਨਾ ਉਹਨਾਂ ਨੂੰ ਅਗਿਆਨ ਨੂੰ ਵੀ ਨਾਸ ਕਰਨ ਵਾਲੀ ਹੈ, ਕਾਮ ਕ੍ਰੋਧ ਆਦਿ ਜਿਹੜੇ ਇਹਨਾਂ ਨੂੰ ਵਿਨਾਸ਼ ਕਰਨ ਵਾਲੀ ਹੈ। ਨਮੋ ਨਮ ਬਾਕਬਾਨੀ, ਤੇ ਮੇਰੀ ਨਮਸਕਾਰ ਹੈ, ਨਮਸਕਾਰ ਹੈ ਐ ਗੁਰੂ ਦੀ ਰਸਨਾ ਤੋਂ ਬਾਕ ਰੂਪ ਹੋ ਕੇ, ਤੇ ਫੇਰ ਤੈਨੂੰ ਬਾਣੀ ਕਿਹਾ ਜਾਂਦਾ ਹੈ, ਗੁਰੂ ਦੇ ਬਾਕ ਤੇ ਤੂੰ ਗੁਰਬਾਣੀ ਰੂਪ ਦੇ ਅੰਦਰ ਪ੍ਰਗਟ ਹੋਈ ਹੈ। ਜੋਤ ਬਿਦਤਾਨੀ, ਤੇ ਜੋਤ ਗਿਆਨ ਦੀ ਜੋਤ ਜਿਹੜੀ ਹੈ ਉਹ ਬਿਦਤ ਹੈ, ਪ੍ਰਗਟ ਹੈ ਵੀ ਗੁਰਬਾਣੀ ਚ, ਗੁਰਬਾਣੀ ਸੇ ਜਗ ਮੈਂ ਚਾਨਣ, ਇਹਦੇ ਚ ਗਿਆਨ ਹੀ ਗਿਆਨ ਹੈ ਸਾਰਾ। ਦਾਸ ਰਸਨਾ ਵਸਾਨੀ, ਭਾਈ ਸੰਤੋਖ ਸਿੰਘ ਕਹਿੰਦਾ ਮੇਰੇ ਤੇ ਕਿਰਪਾ ਕਰੋ, ਮੇਰੀ ਰਸਨਾ ਤੇ ਬਾਣੀ ਹਮੇਸ਼ਾ ਰਹੇ, ਮੈਂ ਬਾਣੀ ਤੋਂ ਕਦੇ ਟੁੱਟਾ ਨਾ, ਜੈ ਤਨ ਬਾਣੀ ਬਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ, ਇਹ ਮੇਰੇ ਤੇ ਕਿਰਪਾ ਕਰੋ। ਜੈਤ ਜੈਤ ਮਾਤ ਚੰਡਕਾ, ਵੀ ਗੁਰਬਾਣੀ ਸਾਡੀ ਮਾਂ ਵੀ ਹੈ, ਗੁਰਬਾਣੀ ਸਾਡਾ ਪਿਤਾ ਵੀ ਹੈ, ਨਮਸਕਾਰ ਹੋਵੇ, ਜੈ ਹੋਵੇ, ਤੇਰੀ ਜਿੱਤ ਹੋਵੇ, ਜਿੱਤ ਹੋਵੇ। ਚੰਡਕਾ ਸਾਹ ਸਿੰਘ ਜੀ ਨਾਮ ਹੈ, ਤਿੱਖੇ ਤਿੱਖੇ ਤੋਂ ਭਾਵ ਹੈ, ਤੇਰਾ ਤਿੱਖਾ ਪ੍ਰਭਾਵ ਹੈ। ਅੱਜ ਸਾਹ ਸਿੰਘ ਬੜੇ ਬੜੇ ਸੰਨਿਆਸੀ ਲੋਕ ਜਿਹੜੇ ਨਾ ਉਹ ਵੀ ਗੁਰਬਾਣੀ ਦੇ ਪ੍ਰਮਾਣ ਦੇਣ ਲੱਗ ਪਏ, ਇਹ ਪ੍ਰਭਾਵ ਉਹਨਾਂ ਤੇ ਵੀ ਗਿਆ। ਇਸ ਕਰਕੇ ਹੇ ਗੁਰਬਾਣੀ ਰੂਪ ਮਾਤਾ, ਤੇ ਗੁਰਬਾਣੀ ਸਾਡੀ ਮਾਂ ਹੈ, ਤੇ ਇਸ ਕਰਕੇ ਸਾਹ ਸਿੰਘ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਗੁਰਬਾਣੀ ਦੀ ਸਾਹ ਸਿੰਘ ਮਹਾਨਤਾ ਕੀਤੀ ਹੈ। ਸੋ ਤਿੰਨ ਤਰ੍ਹਾਂ ਦੇ ਜਿਹੜੇ ਵਕਤੇ ਹਨ, ਜਿਹੜੇ ਤਾਂ ਸਾਧ ਸਿੰਘ ਜੀ ਸਨਾਤਨ ਮਤ ਦੇ ਵਕਤੇ ਨੇ, ਜਿਹਨਾਂ ਨੂੰ ਇਹ ਆ ਵੀ ਕਾਵਿ ਰਚਨਾ ਦੇ ਅੰਦਰ ਇੱਕ ਨਿਯਮ ਬਣਾਇਆ ਗਿਆ ਵੀ ਬਾਕਪਤੀ ਦਾ ਮੰਗਲ ਕਰਨਾ, ਭਾਈ ਸਾਹਿਬ ਨੇ ਉਹਦਾ ਘਰ ਪੂਰਾ ਵੀ ਕਰ ਦਿੱਤਾ, ਨਾਲ ਗੁਰਸਿੱਖ ਨੂੰ ਸੁਚੇਤ ਕਰ ਦਿੱਤਾ ਵੀ ਇਹਦੇ ਦੀ ਕੋਮਲ ਸੁੰਦਰਤਾ ਔਰ ਤੀਕਸ਼ਣ ਸੁੰਦਰਤਾ, ਮੈਂ ਦੋਨਾਂ ਨੂੰ ਗੁਣਿਆ, ਕਿਉਂਕਿ ਖਾਲਸੇ ਦੇ ਵਿੱਚ ਸ਼ਾਂਤ ਰਸ ਵੀ ਹੈ ਅਤੇ ਪਾਣੀ ਦੀ ਤਰ੍ਹਾਂ ਹੈ, ਪਾਣੀ ਠੰਡਾ ਵੀ ਹੈ ਅਤੇ ਜੇ ਕੋਈ ਉਹਦੇ ਹੇਠਾਂ ਅੱਗ ਬਾਲ ਦੇਵੇ ਤਾਂ ਪਾਣੀ ਭਾਫ਼ ਬਣ ਕੇ ਵੀ ਉੱਡ ਜਾਂਦਾ ਹੁੰਦਾ, ਫਿਰ ਵੀਰ ਰਸ ਵੀ ਹੈ ਪਰ ਕ੍ਰੋਧ ਨਹੀਂ ਹੈ। ਇਸ ਕਵਿਤ ਦੇ ਅੰਦਰ ਭਾਈ ਸਾਹਿਬ ਜੀ ਨੇ ਇਹ ਸਾਧ ਸਿੰਘ ਜੀ ਦੂਜੀ ਕਵਿਤ ਸੀ, ਆਓ ਕੱਲ੍ਹ ਤੋਂ ਫਿਰ ਦੋ ਦੋ ਸ਼ਬਦ ਗੁਰੂ ਕਿਰਪਾ ਕਰੇ। ਹੁਣ ਤੱਕ ਆਪਾਂ ਪਹਿਲਾ ਸ਼ਬਦ ਸੀ ਦੋ ਦਿਨ ਵਿੱਚ ਹੋਇਆ, ਇਹ ਸ਼ਬਦ ਦੇ ਤਿੰਨ ਅਰਥ ਸੀ ਸਾਧ ਸਿੰਘ, ਮੁੱਢਲੀ ਕਥਾ ਜਿਹੜੀ ਹੈ ਇਹ ਬਹੁਤ ਔਖੀ ਮੰਨੀ ਗਈ ਹੈ, ਗੁਰੂ ਕਿਰਪਾ ਕਰੇ ਕਾਹਲੀ ਕਾਹਲੀ ਦੇ ਵਿੱਚ ਅਰਥ ਕੀਤੇ, ਵਿਦਵਾਨ ਮੈਨੂੰ ਮਾਫ਼ ਕਰਨ, ਅਤੇ ਜਿਹੜਾ ਕੰਮ ਜਿਹੜਾ ਘੱਟੋ ਘੱਟ ਘੰਟੇ ਡੇਢ ਘੰਟੇ ਵਿੱਚ ਹੋਣ ਵਾਲਾ ਸੀ ਉਹ 40 ਮਿੰਟ ਦੇ ਵਿੱਚ ਕੀਤਾ ਹੈ, ਇਹਦੇ 'ਚ ਹੋਈਆਂ ਭੁੱਲਾਂ ਦੀ ਖਿਮਾ ਕਰਨ ਵਿਦਵਾਨ ਲੋਕ, ਅਤੇ ਦਾਸ ਇੱਥੇ ਸਮਾਪਤੀ ਕਰਦਾ ਭੁੱਲਾਂ ਚੁੱਕਾਂ ਦੀ ਖਿਮਾ ਕਰਨ। ਹਾਂਜੀ, ਨਮੋ ਨਮੋ ਬਾਕਬਾਨੀ ਜੋਤ ਵਿਦਤਾਨੀ ਦਾਸ ਰਸਨਾ ਵਸਾਨੀ ਜੈਤ ਜੈਤ ਮਾਤ ਚੰਡਕਾ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਓਹੇ ਮਾਇਆ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਂ ਜਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।